ਕੰਬੜੀ ਦੀ ਸਕਿਨ ਡਿਸੀਜ਼ਸ ਹੁੰਦੀਆਂ ਕੀ ਕਿਸੇ ਵੇਲੇ ਚਿਹਰੇ ਦੀ ਜੇ ਗੱਲ ਕਰੀਏ ਤੇ ਚਿਹਰੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ 글로 ਚਿਹਰੇ ਦੀ ਨਹੀਂ ਹੁੰਦੀ ਉਹ ਜਿਹੜਾ ਮਟੀਰੀਅਲ ਯੂਜ਼ ਕੀਤਾ ਉਹਦੀ ਹੈ ਦਿਮਾਗੀ ਚੀਜ਼ਾਂ ਦੇ ਕਰਕੇ ਛਾਈਆਂ ਆ ਜਾਂਦੀਆਂ ਤੇ ਜਾਂ ਫਿਰ ਕਾਲੇ ਸਰਕਲ ਤੇ ਛਾਈਆਂ ਸਾਡੀ ਲਿਵਰ ਦੀ ਫੰਕਸ਼ਨਿੰਗ ਕਿਤੇ ਗੜਬੜ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਤੇ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਹੀ ਪ੍ਰਾਈਮ ਅਸ਼ੀਅਰ ਟੀਵੀ ਦੇ ਉੱਤੇ ਮੈਂ ਜੋਗਰਾਜ ਸਿੰਘ ਕਾਲੂ ਅੱਜ ਦੇ ਇਸ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਡਾਕਟਰ ਅਰਿਧਮਨ ਸਿੰਘ ਮਾਲ ਹੁਣੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਮੌਜੂਦ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਨਿੱਗੀ ਜੀਆ ਮੈਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਜੀ ਸਕਿਨ ਡਿਸੀਜ਼ਸ ਦੀ ਗੱਲ ਕਰਨੀ ਆ ਜੀ ਚਮੜੀ ਦੇ ਰੋਗ ਹਾਂ ਤੋਂ ਸਿਹਰੋ ਰੂ ਬਹੁਤ ਸਾਰੇ ਲਫ਼ਜ਼ ਵਰਤਦੇ ਨੇ ਇਸ ਚੀਜ਼ ਵਾਸਤੇ ਅੱਜ ਉਹਦੇ ਬਾਰੇ ਜਾਣਕਾਰੀਆਂ ਲੈਣੀਆਂ ਨੇ ਤੁਹਾਡੇ ਤੋਂ ਕਿਉਂਕਿ ਸਕਿਨ ਹੁਣ ਸਾਡੀ ਬੋਡੀ ਤੇ ਉੱਤੇ ਤਕਰੀਬਨ ਸਾਰੇ ਧਾਂ ਤੇ ਸਕਿਨੀਆਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਵੱਖ-ਵੱਖ ਤਰੀਕੇ ਦੀਆਂ ਬਿਮਾਰੀਆਂ ਆ ਜਾਂਦੀਆਂ ਨੇ ਕਿਸੇ ਨੂੰ ਪੈਰਾਂ 'ਚ ਤੰਗੀ ਹੁੰਦੀ ਕਿਸੇ ਨੂੰ ਹੱਥਾਂ 'ਚ ਕਿਸੇ ਨੂੰ ਸਿਰ 'ਚ ਕਿਸੇ ਨੂੰ ਫੇਸ ਦੀ ਸਮੱਸਿਆ ਲੇਡੀਜ਼ ਵਾਸਤੇ ਬਹੁਤ ਵੱਡੀ ਸਮੱਸਿਆ ਇੱਕ ਉਹ ਵੀ ਸਕਿਨ ਦੇ ਵਿੱਚ ਹੀ ਪ੍ਰੋਬਲਮਸ ਆ ਜਾਂਦੀਆਂ ਨੇ ਉਹਦੇ ਬਾਰੇ ਗੱਲਬਾਤ ਕਰਨੀ ਹੈ ਥੋੜਾ ਇਹਦੇ ਬਾਰੇ ਸਾਨੂੰ ਇੰਟਰੋਡਕਸ਼ਨ ਦਿਓ ਪਹਿਲਾਂ ਕਿ ਇਹ ਹੁੰਦੀ ਕੀ ਆ ਚਮੜੀ ਦੀ ਸਕਿਨ ਡਿਸੀਜ਼ ਹੁੰਦੀਆਂ ਕੀ ਨੇ ਤੁਸੀਂ ਦਰਸਤ ਕੀਤਾ ਹੈ ਕਿ ਸਕੈਲਪ ਹਮ ਸਕਿਨ ਹਮ ਫੇਸ ਹਮ ਨੋ ਤੇ ਜਦੋਂ ਅਸੀਂ ਟੋਟਲ ਬਾਡੀ ਦੀ ਗੱਲ ਕਰਦੇ ਹਾਂ ਕਿ ਜਿਹੜੇ ਸਾਡੇ ਫੋਲਡਸ ਨੇ ਬਾਡੀ ਦੇ ਜਿਹੜੇ ਸਾਨੂੰ ਕਦੇ ਐਕਸਪੋਜ਼ ਨਹੀਂ ਹੁੰਦੇ ਹਮ ਉੱਥੇ ਸਾਨੂੰ ਖਾਰਸ਼ ਦੇ ਨਾਲ ਵਰਗੀਆਂ ਪ੍ਰੋਬਲਮਸ ਆ ਜਾਂਦੀਆਂ ਜਿਹੜੀਆਂ ਕਿ ਵੱਖਣੀਆਂ-ਵੱਖਣੀਆਂ ਬਿਮਾਰੀਆਂ ਹੁੰਦੀਆਂ ਸੋ ਕਿਤੇ ਅਸੀਂ ਸਿਕਰੀ ਤੇ ਸੋਰਾਈਸਿਸ ਤੋਂ ਪੀੜਤ ਹਮ ਕਿਤੇ ਅਸੀਂ ਕੰਨਾਂ ਦੇ ਵਿੱਚ ਤੇ ਕੰਨਾਂ ਦੇ ਪਿੱਛੇ ਪਰਵਟੀਆਂ ਦੇ ਵਿੱਚ ਸਿਕਰੀ ਜਮਾ ਹੋ ਗਈ ਆ ਖਾਰਿਸ਼ ਬੜੀ ਹੁੰਦੀ ਆ ਦੋਹੀ ਹੱਥੀਂ ਅਸੀਂ ਖਾਰਿਸ਼ ਕਰਦੇ ਆ ਉਹ ਕਿਸੇ ਵੇਲੇ ਚਿਹਰੇ ਦੀ ਜੇ ਗੱਲ ਕਰੀਏ ਤੇ ਚਿਹਰੇ ਤੇ ੱੱਬੇ ਪੈ ਗਏ ਉਹ ਕਾਲੇ ਹੋ ਸਕਦੇ ਚਿੱਟੇ ਹੋ ਸਕਦੇ ਆ ਸ਼ਾਈਆਂ ਹੋ ਗਈਆਂ ਜਿਹਨੂੰ ਬਲੈਂਸ਼ਿਸ਼ ਕਹਿੰਦੇ ਆ ਬਲੈਕ ਸਰਕਲਸ ਕਾਰੇ ਘੇਰੇ ਹੋ ਗਏ ਜਾਂ ਕਈਆਂ ਦੀ ਐਟਮੋਸਫੀਰਿਕ ਕੰਡੀਸ਼ਨ ਦੇ ਕਰਕੇ ਕਲਾਈਮੈਟਿਕ ਕੰਡੀਸ਼ਨਸ ਦੇ ਕਰਕੇ ਡਸਟ ਵਗੈਰਾ ਕਰਕੇ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਮਰ ਪੈਣ ਕਰਕੇ ਛੁਡੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਠੰਡੇ ਕਲਾਈਮੈਟਿਕ ਕੰਡੀਸ਼ਨ ਚ ਕੰਮ ਕਰਕੇ ਬੁਲ ਫਟ ਜਾਂਦੇ ਨੇ ਇਹਨਾਂ ਸਾਰਿਆਂ ਦਾ ਅਸੀਂ ਉਪਚਾਰ Let your food be your medicine ਤੁਹਾਡੀ ਰਸੋਈ ਦੇ ਵਿੱਚੋਂ ਵਕ ਵਕ ਕਿਵੇਂ ਕਰੀਏ ਫਿਰ ਤੁਹਾਡੇ ਕੋਲ ਸਾਰੀ ਦੀ ਸਾਰੀ ਬਾਡੀ ਆ ਜਾਂਦੀ ਹੈ ਉੱਥੇ ਸਕਿਨ ਪ੍ਰੋਬਲਮਸ ਨੇ ਉਹ ਤਾਂ ਦਰੀਆਂ ਹੋ ਸਕਦੀਆਂ ਉਹ ਲੂਤਾਂ ਹੋ ਸਕਦੀਆਂ ਆ ਉਹ ਧੱਫੜ ਪੈਣੇ ਹੋ ਸਕਦੇ ਆ ਉਹ ਖਾਸ ਕਿਸਮ ਦੇ ਚਕੱਤੇ ਪੈਣੇ ਸ਼ੁਰੂ ਹੋ ਜਾਂਦੇ ਆ ਜਿੰਨੂੰ ਥਿੰਦੇ ਚਕੱਤੇ ਕਹਿੰਦੇ ਆ ਵਾਲਚਰ ਕਹਿੰਦੇ ਆ ਖਾਸ ਕਰਕੇ ਦਾੜੀ 'ਚ ਤੇ ਸਿਰ ਦੇ ਵਿੱਚ ਇੱਕ ਵਾਲ ਨਹੀਂ ਰਹਿੰਦਾ ਕਈਆਂ ਦੀ ਤੇ ਇਹ ਹਾਲਤ ਹੋ ਜਾਂਦੀ ਹੈ ਸੋ ਇਹ ਚਰਮ ਰੋਗਾਂ ਦੀਆਂ ਬਹੁਤ ਸਾਰੀ ਵੈਰਾਈਟੀਆਂ ਨੇ ਬਹੁਤ ਸਾਰੀਆਂ ਕਿਸਮਾਂ ਨੇ ਜੀ ਜਿਨ੍ਹਾਂ ਦਾ ਪਰਹੇਜ਼ ਇੱਕੋ ਹੀ ਆ ਲੇਕਿਨ ਇਲਾਜ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਪੈਰ ਦੇ ਨੋਹਾਂ ਤੱਕ ਹਾਂ ਪੈਰਾਂ ਦੀਆਂ ਅੱਡੀਆਂ ਤੱਕ ਉਹ ਵਖੋ ਆਪਾਂ ਸਿਰ ਵਾਲੇ ਬੰਨੀ ਸ਼ੁਰੂ ਕਰਦੇ ਆ ਨਾ ਕਿਉਂਕਿ ਸਿੱਧੇ ਬੰਨੀ ਸ਼ੁਰੂ ਕਰਨਾ ਚਾਹੀਦਾ ਕਹਿੰਦੇ ਫਿਰ ਔਲੀ-ਔਲੀ ਨੂੰ ਜਾਂਦੇ ਆ ਸਿਰ ਦੇ ਨਾਲ ਰਿਲੇਟਡ ਕਿਹੜੀਆਂ ਆ ਜਾਂਦੀਆਂ ਵਾਲਾਂ ਦੇ ਵਿੱਚ ਲੀਆਂ ਕਿ ਕੋਈ ਹੋਰ ਵੀ ਨਾਲ ਸਿਰ ਦੇ ਰਿਲੇਟਡ ਹੁੰਦੀਆਂ ਸਕੈਲਪ ਪ੍ਰੋਬਲਮਸ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਕਰੀਆ ਜਿਹੜੀ ਘਰ-ਘਰ ਦੀ ਖੇਡ ਹੈ ਹਾਂ ਲੈਕਿਨ ਇਥੇ ਮੁਸ਼ਕਲ ਆਉਂਦੀ ਹੈ ਜਦੋਂ ਅਸੀਂ ਸਕੈਲਪ ਸੋਰਾਈਸਿਸ ਨੂੰ ਸਿਕਰੀ ਕਹਿ ਕੇ ਉਹਨੂੰ ਠੀਕ ਕਰਦੇ ਰਹਿੰਨੇ ਉਸ ਸਕੈਲਪ ਸੋਰਾਈਸਿਸ ਕੀ ਹੁੰਦਾ ਸਕੈਲਪ ਸੋਰਾਈਸਿਸ ਉਹ ਆ ਜਿਹਦੇ ਚ ਖਾਰਸ਼ ਇੰਨੀ ਜ਼ਿਆਦਾ ਹੁੰਦੀ ਆ ਕਿ ਦੋਹੀ ਹੱਥੀ ਖੁਰਕ ਖੁਰਕੇ ਲਹੂ ਕੱਢ ਲੈਨੇ ਖੂਨ ਕੱਢ ਲੈਨੇ ਤਾਂ ਵੀ ਠੀਕ ਨਹੀਂ ਹੁੰਦਾ ਔਰ ਇਹ ਜਿਵੇਂ ਮੱਛੀ ਦੇ ਚਾਨੇ ਹੁੰਦੇ ਆ ਜਿਵੇਂ ਸਿਕਰੀ ਹੁੰਦੀ ਹੈ ਉਸ ਤਰ੍ਹਾਂ ਦੀ ਸਕੇਲਿੰਗ ਉੱਤਰ ਉੱਤਰ ਕੇ ਸਾਡੀ ਦਾੜ੍ਹੀ ਵੀ ਚਿੱਟੀ ਹੋ ਜਾਂਦੀ ਹੈ ਸਿਰ ਵੀ ਵੇਨ ਸਰਾਣਾ ਸੌਣ ਲੱਗਿਆ ਉਹ ਵੀ ਚਿੱਟਾ ਹੋਇਆ ਹੁੰਦਾ ਉਹਦੇ ਉੱਤੇ ਸਾਰੀ ਸਕੇਲਿੰਗ ਡਿੱਗੀ ਹੁੰਦੀ ਹੈ ਉਹਨੂੰ ਅਸੀਂ ਸੋਰਾਈਸਿਸ ਕਹਿੰਦੇ ਆ ਸਕੈਲਪ ਸੋਰਾਈਸਿਸ ਓਕੇ ਸਿਕਰੀ ਦੇ ਵਿੱਚ ਸਾਨੂੰ ਬਹੁਤ ਖਾਰਸ਼ ਨਹੀਂ ਹੁੰਦੀ ਸਿਕਰੀ ਬਹੁਤ ਬਰੀਕ ਹੁੰਦੀ ਹੈ ਲੇਕਿਨ ਸੋਰਾਈਸਿਸ ਜਿਹੜੇ ਇਹਦੇ ਵਿੱਚ ਮੋਟੇ-ਮੋਟੀ ਸਕੇਲਿੰਗ ਉੱਤਰਦੀ ਹੈ ਪਿੱਛੇ ਗੁਲਾਬੀ ਰੰਗ ਦੇ ਲੀਨਜ ਹੈ ਬਹੁਤ ਵਾਰੀ ਜੜ ਤੋਂ ਵਾਲ ਵੀ ਡਿੱਗਨੇ ਸ਼ੁਰੂ ਹੋ ਜਾਂਦੇ ਆ। ਹੂੰ। ਸੋ ਉੱਥੇ ਇਸ ਸਕੈਲਪ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਨਾਲ ਦੀ ਨਾਲ ਦਿੱਤੇ ਸਿਕਰੀ ਆ। ਹੂੰ। ਉੱਥੇ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ ਜਾਣੇ। ਹੂੰ। ਵਾਲ ਦੋ ਮੂਹੇ ਹੋ ਜਾਣੇ। ਹੂੰ। ਵਾਲ ਉਮਰ ਤੋਂ ਪਹਿਲਾਂ ਪ੍ਰੀਮਚੁਰ ਗ੍ਰੇਇੰਗ ਹੋ ਜਾਣੀ। ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਵਾਲਾਂ ਨਾਲ ਜੁੜੀਆਂ ਹੋਈਆਂ ਜਿਲਾਂ ਦਾ ਆਧਾਰ ਸਕੈਲਪ ਹੀ ਆ। ਇਹਦੇ ਕਾਰਨ ਕੀ ਹੁੰਦੇ ਨੇ? ਇਹ ਟੋਟਲ ਚਰਮ ਰੋਗਾਂ ਦੇ ਜਿਹੜੇ ਕਾਰਨ ਨੇ ਹੂੰ ਉਹ ਹੈਗੇ ਆ ਕਿ ਸਾਡੇ ਸਰੀਰ ਦੀ ਬਾਹਰੋਂ ਖੁਸ਼ਕੀ ਹੂੰ ਤੇ ਸਰੀਰ ਦੀ ਅੰਦਰੋਂ ਖੁਸ਼ਕੀ ਅੱਛਾ ਔਰ ਅੰਦਰੋਂ ਜਿਹੜੀ ਖੁਸ਼ਕੀ ਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜ਼ਿੰਮੇਵਾਰ ਨੇ ਹੂੰ ਅੰਦਰ ਦੀ ਖੁਰਸ਼ੀਨਾ ਜਦੋਂ ਸਾਡਾ ਸਰੀਰ ਦੇ ਵਿੱਚ ਤਜ਼ਾਬੀ ਮਾਦਾ ਜ਼ਿਆਦਾ ਰਹਿੰਦਾ ਹੈ ਤਜ਼ਾਬ ਨਾਲ ਦੀ ਖੁਸ਼ਕ ਚੀਜ਼ ਤੇ ਕੋਈ ਹੈ ਨਹੀਂ ਹੂੰ ਅਸੀਂ ਉਸ ਖੁਸ਼ਕੀ ਦੇ ਨਾਲ ਸਫਾਈਆਂ ਸੁੰਆਂ ਜ਼ਰੂਰ ਕਰ ਦਿੰਨੇ ਆ ਸਕੀਲਿੰਗ ਸਕੂਲਿੰਗ ਪਰ ਅੰਦਰ ਦੀ ਜਿਹੜੀ ਖੁਸ਼ਕੀ ਆ ਉਹ ਸਾਡੇ ਦਿਮਾਗ ਦੇ ਵਿੱਚ ਜਿਹੜੇ ਫੈਟ ਦੇ ਕੈਮੀਕਲ ਨੇ ਜਿਹੜੇ ਸਾਨੂੰ ਫਰਟਾਈਲ ਰੱਖਦੇ ਆ ਸਾਡੀ ਸੋਚ ਨੂੰ ਸਾਡੀ ਮੈਮਰੀ ਨੂੰ ਉੱਥੋਂ ਲੈ ਕੇ ਜੋੜਾਂ ਦੇ ਫਲੂਇਡ ਤੋਂ ਲੈ ਕੇ ਇੰਟਰਸਟਾਈਨਲ ਫਲੂਇਡ ਤੋਂ ਲੈ ਕੇ ਉਹਦੇ ਵਿੱਚ ਖੁਸ਼ਕੀ ਪੈਦਾ ਕਰ ਦਿੰਦੇ ਆ ਔਰ ਸਭ ਤੋਂ ਵੱਧ ਜਿਹੜੀ ਸਕਿਨ ਨੂੰ ਖੁਸ਼ਕ ਕਰਦੇ ਆ ਉਹਦੇ ਨਾਲ ਸਾਨੂੰ ਚਮੜੀ ਦੀਆਂ ਬਿਮਾਰੀਆਂ ਦੁਗਨੀਆਂ ਤੇ ਚੌਗਣੀਆਂ ਹੋ ਜਾਂਦੀਆਂ ਪਿੱਛੇ ਤੇ ਹਿਸਟੈਮਨ ਹੁੰਦਾ ਹੈ ਪਿੱਛੇ ਤੇ ਅਲਰਜਨ ਹੁੰਦਾ ਹੈ ਪਿੱਛੇ ਤੇ ਫੰਗਸ ਹੁੰਦੀ ਹੈ ਲੇਕਿਨ ਬਾਹਰ ਜਦੋਂ ਆ ਕੇ ਅਪੀਅਰ ਹੁੰਦਾ ਹੈ ਤੇ ਉਹ ਫਿਰ ਬੜੀਆਂ ਭਿਆਨਕ ਬਿਮਾਰੀਆਂ ਜਿਹਦੇ ਨਾਲ ਅਸੀਂ ਜ਼ਿੰਦਗੀ ਨੂੰ ਜੀਣ ਦਾ ਸਵਾਦ ਹੀ ਮੁੱਕ ਜਾਂਦਾ ਸੋ ਉਹਦੇ ਵਿੱਚ ਸੋਰਾਈਸਿਸ ਹੋ ਸਕਦਾ ਹੈ ਜਿਹੜਾ ਕਿ ਬਾਡੀ ਦੇ ਉੱਤੇ ਆ ਸੋਰਾਈਸਿਸ ਦੀਆਂ ਵੀ ਦੋ ਕਿਸਮਾਂ ਤੀਸਰੀ ਸਕੈਲਪ ਦੀ ਅਸੀਂ ਗੱਲ ਕਰ ਲਈ ਸਕੈਲਪਸ ਸੋਰਾਈਸਿਸ ਹੂੰ ਦੂਸਰੀ ਜਿਹੜੀ ਉਹ ਹੈਗੀ ਆ ਆਰਥਰਾਇਟਿਕ ਸੋਰਾਈਸਿਸ ਕਿ ਜੋੜ ਜਿੱਥੇ ਫੋਲਡ ਹੈ ਉੱਥੇ ਖਾਰਿਸ਼ ਹੋਏਗੀ ਲੇਕਿਨ ਉਥੋਂ ਸੋਰਾਈਸਿਸ ਅੰਦਰ ਵੜ ਜਾਂਦਾ ਜਿਹੜਾ ਸੂਜਨ ਕਰਦਾ ਜੋੜਾਂ ਚ ਜਾ ਕੇ ਔਰ ਜੋੜ ਫਿਰ ਹਿਲਦੇ ਨਹੀਂ ਅੱਛਾ ਉਹ ਆਰਥਰਾਇਟਸ ਤਾਂ ਹੋ ਗਿਆ ਬਿਕਾਸ ਆਫ ਸੋਰਾਈਸਿਸ ਹੂੰ ਇਸੇ ਤਰੀਕੇ ਦੇ ਨਾਲ ਸਾਰੀ ਬਾਡੀ ਤੇ ਖੁਸ਼ਕੀ ਦੀ ਬਿਮਾਰੀਆ ਖੁਸ਼ਕੀ ਵਰਗਾ ਹੁੰਦਾ ਜਦੋਂ ਅਸੀਂ ਖਾਰਿਸ਼ ਕਰਨੇ ਆ ਪਿੱਛੇ ਗੁਲਾਬੀ ਲੀਨ ਗੁਲਾਬੀ ਤੱਬੇ ਰਹਿ ਜਾਂਦੇ ਆ ਖਾਰਿਸ਼ੋਂ ਹਟਦੀ ਨਹੀਂ ਇੰਨੀ ਖਾਰਿਸ਼ ਕਰਦੇ ਆ ਕਿ ਖੂਨ ਵੀ ਵਗਣਾ ਸ਼ੁਰੂ ਹੋ ਜਾਂਦਾ ਐਡੀ ਨਾਮਰਾਦ ਬਿਮਾਰੀ ਆ ਕਿ 3 ਸਾਲ ਦੇ ਬੱਚੇ ਤੋਂ ਲੈ ਕੇ 83 ਸਾਲ ਦੇ ਬਜ਼ੁਰਗ ਤੱਕ ਸਾਨੂੰ ਚੰਬੜੀ ਹੋਈ ਆ ਜ਼ਿੰਮੇਵਾਰ ਅਸੀਂ ਆਪ ਆ ਸਾਡਾ ਖਾਣ ਪਾਣ ਔਰ ਸਾਡਾ ਰੈਂਡਸ ਹੂੰ ਉਹਦੇ ਵਿੱਚ ਗੜਬੜਾਂ ਆ ਰਹੀਆਂ ਜੇ ਅਸੀਂ ਉਹਦੇ 'ਚ ਸੁਧਾਰ ਕਰ ਲਈਏ ਤੇ ਅਸੀਂ ਬਹੁਤ ਸਾਰੇ ਮਸਲੇ ਹੱਲ ਕਰ ਸਕਦੇ ਹਾਂ ਅੱਛਾ ਜਦੋਂ ਖਾਸ ਕਰਕੇ ਵਾਲਾਂ 'ਚ ਹੁੰਦੀ ਆ ਤਾਂ ਫਿਰ ਉਹਦਾ ਇਲਾਜ ਵੀ ਥੋੜਾ ਖਾਸ ਹੁੰਦਾ ਹੋਊਗਾ ਬਾਕੀਆਂ ਨਾਲ ਜਦੋਂ ਅਸੀਂ ਸਕੈਲਪ ਦੇ ਨਾਲ ਜੁੜੀ ਹੋਈ ਪਹਿਲੀ ਗੱਲ ਕਰਾਂਗੇ ਕਿ ਸਿਕਰੀ ਰਹਿੰਦੀ ਹੈ ਹੂੰ ਸੋਰਾਈਸਿਸ ਨਹੀਂ ਸਿਕਰੀ ਸਿਕਰੀ ਰਹਿੰਦੀ ਹੈ ਹੂੰ ਵਾਲ ਜੜਾਂ ਤੋਂ ਨਿਕਲ ਜਾਂਦੇ ਆ ਹਮਮ ਵਾਲ ਦੋ ਮੂੰਹੇ ਹੋ ਜਾਂਦੇ ਆ ਬੜਾ ਖੁਸ਼ਕਿਆ ਰਫ ਵਾਲ ਰਹਿੰਦੇ ਨੇ ਹਮ ਉਸ ਵੇਲੇ ਵਾਲ ਜੜ ਤੋਂ ਨਿਕਲ ਜਾਂਦੇ ਆ ਛੜਦੇ ਜਾਂਦੇ ਗੁੱਛਿਆਂ ਦੇ ਗੁੱਛੇ ਤੁਹਾਡਾ ਟੱਬ ਜਿਹੜਾ ਭਰਿਆ ਹੀ ਆਉਂਦਾ ਹੈ ਵੀ ਇਹ ਤਾਂ ਹੁਣ ਮੈਂ ਚਾਹੁੰਦਾ ਚ ਗੰਜਾ ਹੋ ਜਾਣਾ ਹਮ ਉਸ ਵੇਲੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਛੱਡਣ ਦੀ ਗੱਲ ਹੈ ਪ੍ਰੀਵੈਂਟਿਵ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਲੋ ਪ੍ਰੀਵੈਂਸ਼ਨ ਅੱਧਾ ਇਲਾਜ ਹੁੰਦਾ ਹੈ ਤੇ ਫਿਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤਿਆਗ ਕਰਦੀਏ ਕਿ ਇਹ ਚਰਮ ਰੋਗ ਐਜ਼ ਅ ਹੋਲ ਖਾਸ ਕਰਕੇ ਸਿਕਰੀ ਵਗੈਰਾ ਜੀ ਸਕੈਲਪਸੋਰਾਈਸਿਸ ਵਰਗੇ ਇਹ ਇਹਨਾਂ ਤੋਂ ਬਚਾਅ ਹੋਵੇ ਉਹ ਹੈਗਾ ਸਾਰੀਆਂ ਚਰਮ ਰੋਗਾਂ ਦੇ ਲਈ ਇਹ شمار ਹੋਣਾ ਹੈ ਜਿਦੇ ਵਿੱਚ ਯੀਸਟ ਤੇ ਖਮੀਰ ਅੱਛਾ ਹਰ ਬੇਕਰੀ ਪ੍ਰੋਡਕਟ ਦੇ ਵਿੱਚ ਖਮੀਰ ਹੁੰਦਾ ਯੀਸਟ ਹੁੰਦਾ ਹਰ ਪੀਜ਼ੇ ਦੇ ਵਿੱਚ ਉਹਦਾ ਜਿਹੜਾ ਆਧਾਰ ਹੈ بیس ਹੈ 크레스트 ਹੈ ਉਹਦੇ ਵਿੱਚ ਖਮੀਰ ਹੁੰਦਾ ਇਹਨੂੰ ਛੱਡਣਾ ਪਏਗਾ ਸਿਰਫ ਉਹਨਾਂ ਨੂੰ ਜਿਨ੍ਹਾਂ ਨੂੰ ਚਰਮ ਰੋਗ ਨੇ ਚਮੜੀ ਦੀਆਂ ਬਿਮਾਰੀਆਂ ਨੇ ਬਾਕੀ ਰੱਜ ਕੇ ਖਾਓ ਦੂਣਾ ਘਾ ਲੋ ਲੇਕਿਨ ਤੁਹਾਨੂੰ ਇਹ ਪ੍ਰੇਸ਼ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਤੁਸੀਂ ਬਹੁਤ ਪਰੇਸ਼ਾਨੀ ਵਿੱਚ ਚਲੇ ਜਾਓਗੇ ਨੰਬਰ 2 ਸਿਰਫ ਚਰਮ ਰੋਗਾਂ ਵਾਸਤੇ ਪ੍ਰੋਸੈਸਡ ਫੂਡ ਜਿਹਦੇ ਵਿੱਚ ਆਰਟੀਫੀਸ਼ੀਅਲ ਕਲਰ ਹੁੰਦੇ ਨੇ ਆਰਟੀਫੀਸ਼ੀਅਲ ਰੰਗ ਹੁੰਦੇ ਨੇ ਸਵਾਦ ਹੁੰਦੇ ਆ ਪ੍ਰੀਜ਼ਰਵੇਟਿਵ ਪਾਏ ਹੁੰਦੇ ਨੇ ਪ੍ਰੀਜ਼ਰਵੇਟਿਵ ਉੱਥੇ ਪਿਆ ਹੋਏਗਾ ਜਿੱਥੇ ਡੱਬਾ ਬੰਦ ਹੋਏਗਾ ਪੌਚ ਬੰਦ ਹੋਏਗਾ ਬੋਟਲ ਬੰਦ ਹੋਏਗਾ ਉਹਦੇ ਵਿੱਚ ਪ੍ਰੀਜ਼ਰਵੇਟਿਵਸ ਪਾਏ ਹੁੰਦੇ ਆ ਸੋ ਉਹਨਾਂ ਚੀਜ਼ਾਂ ਉਹ ਫੂਡ ਜਿਹੜੇ ਫੰਗਸ ਤੋਂ ਬੜਿਆ ਹੈ ਹੈਲਦੀ ਫੰਗਸ ਵੀ ਹੁੰਦੀ ਹੈ ਖੁੰਬਾ ਨੇ ਕੀ ਹੈ ਫੰਗਸ ਹੈ ਲੇਕਿਨ ਹੈਲਦੀ ਹੈ ਲੇਕਿਨ ਜਿੱਥੇ ਚਰਮ ਰੋਗ ਨੇ ਉੱਥੇ ਖੁੰਬਾ ਦਾ ਤੁਸੀਂ ਨੇੜੇ ਨਹੀਂ ਲੱਗਣ ਦੇਣੀ ਆ ਅਚਾਰ ਗੁੜ ਅਚਾਰ ਚਟਨੀਆਂ ਮਰਬੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਦੀਆਂ ਪੈਕ ਹੋਈਆਂ ਹੋਈਆਂ ਓਕੇ ਉਹਨਾਂ ਤੋਂ ਸਾਨੂੰ ਬਚਾਅ ਕਰਨਾ ਪਏਗਾ ਉਹਦੇ ਨਾਲ ਚਰਮ ਰੋਗ ਨੂੰ ਠੀਕ ਕਰਨਾ ਸੌਖਾ ਹੋ ਜਾਏਗਾ ਓਕੇ ਇਹ ਤੇ ਫਿਰ ਥੱਲੇ ਇਹ ਹੀ ਹੈ ਵੀ ਥੱਲੇ ਅੱਗ ਢਾਈ ਜੋ ਉੱਤੇ ਪੱਖਾ ਲਾਇਆ ਹੈ ਕਿ ਕਹਿੰਦੇ ਕੀ ਕਰ ਰਹੇ ਮੈਂ ਪਾਣੀ ਠੰਡਾ ਕਰ ਰਿਹਾ ਹੂੰ ਥੱਲਿਓਂ ਅੱਗ ਢਾਈ ਦਿੰਦਾ ਉੱਤੇ ਪੱਖਾ ਨਹੀਂ ਹੁਣ ਕੂਲਰ ਲਾ ਦਿਓ ਛੇਤੀ ਠੰਡਾ ਹੋ ਜਾਏਗਾ ਕਾਸ ਐਂਡ ਇਫੈਕਟ ਇਜ਼ ਵੈਰੀ ਇੰਪੋਰਟ ਕਾਸ ਥੱਲਿਓਂ ਅੱਗ ਡਾਉਣੀ ਬੰਦ ਕਰ ਦਿਓ ਪਾਣੀ ਆਪਣੇ ਆਪ ਠੰਡਾ ਹੋ ਜਾਏਗਾ ਅਸੀਂ ਅੱਗ ਦੇ ਤੇਰੇ ਦੀ ਡਾਈ ਜਾਂਦੇ ਹਾਂ ਉੱਤੇ ਕਹਿੰਦੇ ਕੋਰ ਸਿਆਣਾ ਬੰਦਾ ਆਇਆ ਕਹਿੰਦਾ ਏਸੀ ਲਾਓ ਇੱਥੇ ਛੇਤੀ ਠੰਡਾ ਹੋ ਜਾਏਗਾ ਕਾਜ਼ ਵਿਡਰਾ ਕਰ ਲੋ ਸੌਖਾ ਹੈ ਕਾਰਨ ਸਾਡੇ ਕੋਲ ਕੀ ਹੈ ਸਿਰਫ ਚਰਮ ਰੋਗਾਂ ਵਾਸਤੇ ਸਾਰੇ ਨਹੀਂ ਰੱਜ ਕੇ ਖਾਓ ਬਾਕੀ ਨਹੀਂ ਤੇ ਮੇਰੇ ਨਾਲ ਤਾਂ ਬਿਕਰੀਆਂ ਵਾਲੇ ਨਰਾਜ਼ ਹੋ ਜਾਣਗੇ ਹਲਵਾਈ ਭਰਾ ਨਰਾਜ਼ ਹੋ ਜਾਣਗੇ ਨਹੀਂ ਜਿਹੜੇ ਸਫਰਸ ਨੇ ਉਹ ਪਰਹੇਜ਼ ਕਰ ਲੋ ਪਰਹੇਜ਼ ਬੜੀ ਖੂਬਸੂਰਤ ਚੀਜ਼ ਹੈ ਪਰਹੇਜ਼ ਅੱਧਾ ਇਲਾਜ ਹੋ ਜਾਂਦਾ ਹੈ ਬਿਲਕੁਲ ਠੀਕ ਹੈ ਜੀ ਸੋ ਇਸ ਕਰਕੇ ਤੁਸੀਂ ਆਰਟੀਫੀਸ਼ੀਅਲ ਅਨੈਚੁਰਲ ਸਟੱਫ ਜਿੱਥੇ ਵੀ ਕਹੇ ਉਹ ਚਰਮ ਰੋਗਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਆਰਟੀਫੀਸ਼ੀਅਲ ਰੰਗ ਨੇ ਉਹਦੇ ਉੱਤੇ ਲਿਖਿਆ ਹੁੰਦਾ ਹੈ ਅਪਰੂਵਡ ਹੈ ਗਵਰਨਮੈਂਟ ਵੱਲੋਂ ਓਕੇ ਡਨ ਬੋਡੀ ਨਹੀਂ ਮੰਦੀ ਤੁਹਾਡਾ ਕਾਨੂੰਨ ਬੋਡੀ ਕਹਿੰਦੀ ਨਹੀਂ ਮੈਨੂੰ ਤਾਂ ਜੋ ਕੁਦਰਤ ਤੋਂ ਦੇਗਾ ਉਹਨੂੰ ਮੈਂ ਐਕਸੈਪਟ ਕਰਨਾ ਹੈ ਕੁਦਰਤ ਦੇ ਵਿੱਚ ਰੰਗ ਵੀ ਪਏ ਹੈ ਕੁਦਰਤ ਦੇ ਵਿੱਚ ਸਵਾਦ ਵੀ ਪਏ ਹੈ ਕੁਦਰਤ ਦੇ ਵਿੱਚ ਖੂਬਸੂਰਤ 스ਮੈਲ ਵੀ ਪਈ ਹੁੰਦੀ ਹੈ ਅਸੀਂ ਆਰਟੀਫੀਸ਼ੀਅਲ ਪਾਉਨੇ ਹੈ ਫਲੇਵਰ ਪਾਉਨੇ ਸੁਗੰਧਿਤ ਕਰਨ ਵਾਸਤੇ ਉਹ ਡੇਂਜਰਸ ਆ ਖਾਸ ਕਰਕੇ ਚਰਮ ਰੋਗੀ ਜਿਹੜੇ ਆ ਉਹ ਤੇ ਬਿਲਕੁਲ ਹੀ ਨਹੀਂ ਐਕਸੈਪਟ ਕਰਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਨਿਕਲ ਆਉਣੇ ਆ ਸੋ ਇਸ ਕਰਕੇ ਇਹੋ ਜਿਹੇ ਜਿਹੜੇ ਪਰਹੇਜ਼ ਨੇ ਉਹ ਬਹੁਤ ਜ਼ਰੂਰੀ ਨੇ ਤੇ ਇਲਾਜ ਨਾਲ ਜੇ ਹੋਏ ਉਹ ਕੀ ਕੀਤਾ ਜਾ ਸਕਦਾ ਹੁਣ ਜਦੋਂ ਅਸੀਂ ਸਕੈਲਪ ਦੀ ਗੱਲ ਕਰਨੀ ਆ ਸੋਰਾਈਸਿਸ ਨਹੀਂ ਐ ਸਕੇਲਪ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਚਮਚ ਨਿੰਬੂ ਦਾ ਰਸ ਇੱਕ ਚਮਚ ਪਿਆਜ਼ ਦਾ ਰਸ ਇੱਕ ਚਮਚ ਲਸਣ ਦਾ ਰਸ ਜਿਹੜਾ ਕੱਢਣਾ ਔਖਾ ਹੁੰਦਾ ਉਹਨੂੰ ਗ੍ਰाइंड ਕਰਕੇ ਮੈਸ਼ ਕਰਕੇ ਫਿਰ ਕਾਟਨ ਦੇ ਕਿਸੇ ਕੱਪੜੇ ਦੇ ਵਿੱਚ ਉਹਨੂੰ ਨਿਚੋੜ ਕੇ ਕੱਢ ਲਓ ਬਾਕੀ ਸਬਜ਼ੀ ਚ ਪਾ ਲਓ ਰਸ ਉਹਦੇ ਵਰਤ ਲੈਣਾ ਉਹ ਤਿੰਨੇ ਚੀਜ਼ਾਂ ਨੂੰ ਮਿਲਾ ਲੈਣਾ ਆਂ ਔਰ ਸਿਰ ਨਾ ਕੇ ਸੁਕਾ ਲੈਣਾ ਸੁਕਾ ਕੇ ਮਿੱਡੀਆਂ ਦੇ ਵਿੱਚ ਵਿੱਚ ਇਹਦੇ ਚੀਰ ਕੱਢ ਕੱਢ ਕੇ ਇਹਦੀ ਜੜ ਚ ਲਾਉਣਾ ਆ ਤਾਂ ਕਿ ਛੇਤੀ ਨਾਲ ਉਹ ਜਿੱਥੇ ਵਾਲਾਂ ਦੇ ਫੋਲਿਕਲਸ ਨੇ ਜੜਾਂ ਨੇ ਉੱਥੇ ਤੱਕ ਪਹੁੰਚ ਜਾਵੇ अच्छा रोज रात नु ਲਾਉਣਾ ਹੈ ਸਵੇਰੇ ਬੇਸ਼ੱਕ ਸ਼ੈਂਪੂ ਦੇ ਨਾਲ ਨਹਾ ਲਓ ਸ਼ੈਂਪੂ ਨੇਚਰਲ ਲੈ ਲਿਓ ਨਿਊਟਰਲ ਪੀ ਐਚ ਮਿਲ ਜਾਂਦੇ ਨੇ ਹਮ ਨੇਚਰਲ ਲੈ ਲਓ ਲੇਕਿਨ ਲਗਾਤਾਰ 15 ਦਿਨ ਫਿਰ 5 ਦਿਨ ਬ੍ਰੇਕ ਪਾ ਲਓ ਫਿਰ 15 ਦਿਨ ਫਿਰ ਇਹ ਚਮੜੀ ਦੀਆਂ ਬਿਮਾਰੀਆਂ ਸਟੱਬਰਨ ਬਿਮਾਰੀਆਂ ਹੁੰਦੀਆਂ ਸਕੈਲਪ ਦੀਆਂ ਬਿਮਾਰੀਆਂ ਸਿਕਰੀ ਵਰਗੀਆਂ ਸਟੱਬਰ ਸਟੱਬਰਨ ਦਾ ਮਤਲਬ ਜ਼ਿੱਦੀ ਹੁੰਦੀਆਂ ਜਾਂਦੀਆਂ ਨਹੀਂ ਚੇਤੀ ਸੋ ਇਸ ਕਰਕੇ ਇਹ ਦੀ ਵਰਤੋਂ ਕਰਨ ਦੇ ਨਾਲ ਰਾਤ ਨੂੰ ਲਾ ਲਓ ਉਹਦੇ ਉੱਤੇ स्विਮਿੰਗ ਕੈਪ ਪਾ ਲਓ ਓਕੇ ਸਵੇਰੇ ਉੱਠ ਕੇ ਦੋਹਰਾ ਬਾਥ ਲੈ ਲਓ ਦੋ ਵਾਰੀ ਸ਼ੈਂਪੂ ਲਾ ਕੇ ਨਹਾ ਲਓ ਕਿਉਂਕਿ گارਲਿਕ ਦਾ ਜਿਹੜਾ ਓਡੋਰ ਆ ਉਹ ਥੋੜੀ ਕੀਤਿਆ ਛੇਤੀ ਨਹੀਂ ਜਾਂਦਾ ਲਾ ਲਓ ਹੈ ਓਖਾ ਘੱਮ ਹੈ ਲੇਕਿਨ ਇਹ ਪੱਕਾ ਘੱਮ ਹੈ ਕਿੰਨਾ ਚਿਰ ਵਾਸਤੇ ਕਰਨਾ ਪਊ ਇਹ ਤਿੰਨ ਕ ਸਰਕਲ ਕਰ ਲਓ 15-15 ਦਿਨ ਤੇ 5 ਦਿਨ ਵਿੱਚ ਬ੍ਰੇਕ ਪਾਈ 15 ਦਿਨ 5 ਦਿਨ ਬ੍ਰੇਕ 15 ਦਿਨ 5 ਦਿਨ ਬ੍ਰੇਕ ਤੁਸੀਂ ਦੇਖੋ ਕਿ ਤੁਹਾਡੇ ਵਾਲਾਂ ਦੇ ਵਿੱਚ ਹਮਮ ਔਰ ਸੰਬੰਧਿਤ ਬਿਮਾਰੀਆਂ ਨੇ ਜਿਹੜੀਆਂ ਉਹ ਚਲੀਆਂ ਗਈਆਂ ਇਹ ਹੈਲਦੀ ਬੰਦਾ ਵੀ ਕਰ ਸਕਦਾ ਵਧੀਆ ਇਹ ਚ ਮਾੜੀ ਗੱਲ ਕੋਈ ਇਹਦੇ ਵਿੱਚ ਕੋਈ ਬੁਰਾਈ ਵਾਲੀ ਗੱਲ ਨਹੀਂ ਇਹ ਤਾਂ ਹੈਲਦੀ ਐ ਸੀ ਕੋਈ ਚੀਜ਼ ਆਪਾਂ ਤੇਲ ਦੀ ਕਿਉਂ ਵਰਤੋਂ ਕਰਦਨੇ ਹੁਣ ਤੱਕ ਅਸੀਂ ਕੋਕੋਨਟ ਆਇਲ ਸਿਰ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਲੇਡੀਜ਼ ਲਾਈਨ ਬਣ ਕੇ ਬਹਿ ਜਾਂਦੀਆਂ ਸੀ ਧੁੱਪੇ ਬਹਿਣਾ ਤੇਲ ਸਿਰ 'ਚ ਲਾ ਕੇ ਇੱਕ ਦੂਸਰੇ ਦਾ ਦੂਜੀ ਨੇ ਦੂਜੀ ਤੀਜਾ ਚੌਥਾ ਪੰਜਵਾਂ ਖੂਬ ਚਸਨਾ ਉਹਨੂੰ ਫਿਰ ਸੇਕ ਲਵਾਉਣਾ ਫਿਰ ਨਹਾਉਣਾ ਦਹੀਂ ਦੇ ਨਾਲ ਜੀ ਲੂਬ੍ਰੀਕੇਸ਼ਨ ਹੈ ਨਹੀਂ ਸਾਡੇ ਕੋਲ ਸਕੈਲਪ ਦੀ ਲੂਬ੍ਰੀਕੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਸੋ ਇਹ ਤੁਸੀਂ ਤਿੰਨਾ ਚੀਜ਼ਾਂ ਦਾ ਲੋਸ਼ਨ ਤਾਂ ਵਰਤਣਾ ਪਰ ਵਿੱਚ ਵਾਰ ਲੂਬ੍ਰੀਕੇਸ਼ਨ ਮੀਨਸ ਕੋਕੋਨਟ ਆਇਲ ਜਾਂ ਸਰੋਂ ਦਾ ਤੇਲ ਤੋਰੀਏ ਦਾ ਨਹੀਂ ਹਮਮ ਅਗਰ ਤੁਸੀਂ ਉਹਦੀ ਲੂਬ੍ਰੀਕੇਸ਼ਨ ਰੱਖੋਗੇ ਕਦੀ ਵੀ ਸਕੈਲਪ ਦੀ ਬਿਮਾਰੀ ਤੁਹਾਡੇ ਕੋਲ ਨਹੀਂ ਆਏਗੀ ਸਿਰਫ ਸਾਡੀ ਕੁਤਾਈ ਕਰਕੇ ਬੇਸਮਝੀ ਕਰਕੇ ਅਣਜਾਣ ਹੋਣ ਕਰਕੇ ਅਸੀਂ ਇਹਦੇ ਵਿੱਚ ਜਾ ਫਸਦੇ ਹਾਂ ਸੋ ਇਸ ਕਰਕੇ ਸਕੈਲਪ ਦੀਆਂ ਬਿਮਾਰੀਆਂ ਤੋਂ ਅਸੀਂ ਨਜਾਤ ਪਾ ਸਕਦੇ ਹਾਂ ਜੀ ਦੋਸਤ ਬਰੇਹਸ ਤੇ ਇਲਾਜ ਕਰੀਏ ਦਾੜੀ ਚ ਵੀ ਇਹ ਚੀਜ਼ ਵਰਤੀ ਜਾ ਸਕਦੀ ਜੇ ਕਿਸੇ ਦੀ ਦਾੜੀ ਚ ਪ੍ਰੋਬਲਮ ਆ ਬਿਲਕੁਲ ਵਰਤੀ ਜਾ ਸਕਦੀ ਹੈ ਜਿਹੜਾ ਤੁਹਾਡੇ ਕੋਲ ਥੰਡੇ ਚਕੱਤੇ ਨੇ ਜਿਨ ਵਾਲਚਰ ਦੀ ਬਿਮਾਰੀ ਕਹਿੰਦੇ ਆ ਫੋਕ ਲੈਂਗੁਏਜ ਦੇ ਵਿੱਚ ਉਹਦੇ ਵਿੱਚ ਕੱਲੇ ਲਸਣ ਦਾ ਲੋਸ਼ਨ ਕਰ ਅੱਛਾ ਦਾੜੀ ਕੱਲਾ ਲਸਣ ਉਹਦਾ ਲੋਸ਼ਨ ਹੈ ਤੁਸੀਂ ਖੂਬ ਸਾਰਾ ਰਗੜੋ ਉੱਥੇ ਜਲਨ ਹੋਏਗੀ ਬਰਨਿੰਗ ਹੋਏਗੀ ਪਰ ਤੁਸੀਂ ਵੇਖੋਗੇ 15 20 ਦਿਨ ਮਹੀਨੇ ਤੋਂ ਬਾਅਦ ਬਰਾਊਨ ਲੂਈ ਨਿਕਲਣੀ ਸ਼ੁਰੂ ਹੋ ਗਈ ਆ ਲੋਕਾਂ ਦੇ ਉੱਚਾ ਬਾਲ ਜਿਹੜੀ ਕਿਸੇ ਦੇ ਇਹ ਚੀਜ਼ ਤੇ ਥੰਦੇ ਚ ਕਰਤੇ ਉਹ ਕਾਇਨ ਜਿੰਨਾ ਕੁ ਡਾਲਰ ਹੁੰਦਾ ਹੈ ਇੱਡੀ ਇੱਕ ਕਾਇਨਸ ਜਿਹੜੇ ਆ ਉਹ ਬਿਲਕੁਲ ਐ ਹੁੰਦੇ ਆ ਮਲਾਈਮਿਅਤ ਇੰਨੀ ਆ ਜਾਂਦੀ ਇਸੇ ਕਰਕੇ ਨੂੰ ਥੰਦਾ ਕਹਿੰਦੇ ਜਿਵੇਂ ਥੰਦੇ ਤੋਂ ਜਿਹੜੀ ਮਲਾਈਮਿਅਤ ਆ ਜਾਂਦੀ ਹੈ ਥੰਦੇ ਚ ਕਰਤੇ ਉਹਦੀ ਜਿਹੜੀ ਆ ਉਹ ਰੱਬ ਕਰਨ ਤੇ ਲਸਨ ਦਾ ਉਹਦੇ ਤੇ ਲੂਈ ਆਉਣੀ ਸ਼ੁਰੂ ਹੋ ਜੇਗੀ ਤੇ ਬਾਲ ਬਾਹਰ ਆ ਜਾਣਗੇ ਬਿਲਕੁਲ ਠੀਕ ਕਿਸੇ ਵੀ ਹੋਰ ਚੀਜ਼ ਨੇ ਕੰਮ ਨਹੀਂ ਕਰਨਾ ਇਹ ਮਿਲੀਅਨ ਡਾਲਰ ਫਾਰਮੂਲੇਸ਼ਨ ਕਹਿ ਲੋ ਜਿਹੜਾ ਕਿ ਤੇਂਡੇ ਚਕਤਿਆਂ ਦੇ ਅਗੇਂਸਟ ਜਿਹੜਾ ਕੰਮ ਕਰਦਾ ਹੈ ਤੇ ਇਸ ਤੋਂ ਬਾਅਦ ਫਿਰ ਫੇਸ ਦੀ ਵਾਰੀ ਆਉਂਦੀ ਹੈ ਬਿਲਕੁਲ ਇਸ ਤੋਂ ਅੱਗੇ ਬਿਲਕੁਲ ਫੇਸ ਤੋਂ ਬਾਅਦ ਅਸੀਂ ਬਾਡੀ ਤੇ ਵੀ ਜਾਵਾਂਗੇ ਹੁਣ ਫੇਸ ਤੇ ਬੜੇ ਡਿਫਰੈਂਟ ਹਿੱਸੇ ਨੇ ਜੀ ਸਾਰੇ ਵੱਖੋ ਵੱਖਾ ਆ ਜਾਂਦੇ ਨੇ ਕੀ ਇਹ ਲੇਡੀਜ਼ ਤੇ men ਇਹ ਵੀ ਨਾਲ ਥੋੜਾ ਜਿਹਾ ਦੱਸ ਦਿਓ ਕਿ ਉਹਨਾਂ ਵਾਸਤੇ ਸੇਮ ਹੀ ਸਾਰਾ ਕੁਝ ਹੁੰਦਾ ਹੈ ਬਿਲਕੁਲ ਸੇਮ ਦੱਸ ਦਿਓ ਹਿਊਮਨ ਬੀਇੰਗ ਹੈ ਹਮ ਲੇਡੀ ਮੇਲ ਫੀਮੇਲ ਦਾ ਕੋਈ ਫਰਕ ਨਹੀਂ ਹਿਊਮਨ ਬਾਡੀ ਹੈ ਅੱਛਾ ਹਿਊਮਨ ਬਾਡੀ ਸਿਰਫ ਤੇ ਸਿਰਫ ਇਹਨਾਂ ਫਰਕ ਹੈ ਕੀ ਲੇਡੀਜ਼ ਉਹਦੇ ਪ੍ਰਤੀ ਜ਼ਿਆਦਾ ਕੌਂਸ਼ੀਅਸ ਹੁੰਦਾ ਬੰਦੇ ਜਰਾ ਹੋ ਪਰਿਕਰ ਦੇ ਤਾਂ ਕੋਈ ਗੱਲ ਨਹੀਂ ਕਿ ਕਈਆਂ ਦੀ ਸਕਿਨ ਟਾਈਪਸ ਕੁਝ ਸੈਂਸਿਟਿਵ ਜਾਂ ਕੋਈ ਯਾਰ ਜਰੂਰ ਹੁੰਦੀਆਂ ਜੀ ਬਿਲਕੁਲ ਹੁੰਦੀਆਂ ਹੈ ਕਈਆਂ ਦੀਆਂ ਥਿੰਦੀਆਂ ਹੁੰਦੀਆਂ ਕਈਆਂ ਦੀਆਂ ਖੁਸ਼ਕ ਹੁੰਦੀਆਂ ਕਈਆਂ ਦੀਆਂ ਡੈਲੀਗੇਟ ਹੁੰਦੀਆਂ ਇਹ ਤਾਂ ਸਕਿਨ ਦੀਆਂ ਬੜੀਆਂ ਸਾਰੀਆਂ ਕਿਸਮਾਂ ਨੇ ਬਿਲਕੁਲ ਠੀਕ ਹੈ ਸੋ ਇਹ ਚਾਈ ਔਰਤ ਹੋਵੇ مرد ਹੋਵੇ ਸਾਰੇ ਕਰ ਸਕਦੇ ਨੇ ਨਿਖਾਰ ਚਿਹਰੇ ਦਾ ਕਿੰਨੂੰ ਨਹੀਂ ਚਾਹੀਦਾ ਸਾਡੀ ਕਮਿਊਨਿਟੀ ਚ ਸਾਡੀ ਸੋਸਾਇਟੀ ਚ ਹਰ ਕਿਸੇ ਨੂੰ ਚਾਹੀਦਾ ਬਿਲਕੁਲ ਠੀਕ ਹੈ ਅਗਰ ਤੱਬੇ ਪੈ ਜਾਂਦੇ ਆ ਦਾਗ ਪੈ ਜਾਂਦੇ ਆ ਕਿਦੇ ਨਹੀਂ ਠੀਕ ਹੁੰਦੇ ਅਗਰ ਤੁਹਾਡੇ ਕੋਲ ਪਿੰਪਲਸ ਨਿਕਲ ਆਉਂਦੇ ਆ ਹਮ ਐਕਨੇ ਹੋ ਜਾਂਦਾ ਹੈ ਹਮ ਇਹ ਤਾਂ ਹਾਰਮੋਨਲ ਚੇਂजेस ਖਾਸ ਕਰਕੇ ਲੇਡੀਜ਼ ਦੇ ਵਿੱਚ ਇਮਰਜੈਂਸ ਦੇ ਵਿੱਚ ਵੀ ਜਦੋਂ ਕਿ ਜੇ ਪਿਊਬਰਟੀ ਆਨਸੈਟ ਹੁੰਦਾ ਹੈ ਉਸ ਵੇਲੇ ਸਾਡੇ ਕਈ ਤਰ੍ਹਾਂ ਦੇ ਮਹਾਂਸੇ ਨਿਕਲ ਆਉਂਦੇ ਆ। ਸ਼ਾਇਆ ਵੀ ਕਈ ਵਾਰੀ ਹੋ ਜਾਂਦੀ। ਸ਼ਾਇਆ ਦਾ ਜਿਹੜਾ ਸੰਬੰਧ ਹੈ ਉਹ ਹੈਗਾ ਸਟ੍ਰੈਸ, ਸਟ੍ਰੇਨ, ਐਂਗਜ਼ਾਇਟੀ, ਫੀਅਰ, ਫੋਬੀਆ। ਅੱਛਾ। ਦਿਮਾਗੀ ਚੀਜ਼ਾਂ ਦੇ ਕਰਕੇ ਸ਼ਾਇਆ ਆ ਜਾਂਦੀਆਂ ਤੇ ਜਾਂ ਫਿਰ ਕਾਲੇ ਸਰਕਲ ਤੇ ਸ਼ਾਇਆ ਸਾਡੀ ਲਿਵਰ ਦੀ ਫੰਕਸ਼ਨਿੰਗ ਕਿਤੇ ਗੜਬੜ ਹੋ ਰਹੀ ਹੈ। ਉਹਦੇ ਕਰਕੇ ਆ ਜਾਂਦੀ। ਜੇ ਸਕਿਨ ਦਾ ਕਰਕੇ ਆ ਤੇ ਜੋ ਮੈਂ ਦਸਾਂਗਾ ਉਹਦੇ ਨਾਲ ਠੀਕ ਹੋ ਜਾਣਾ ਹੈ ਜੇ ਸਕਿਨ ਕਰਕੇ ਨਹੀਂ ਹੈ ਪਿੱਛੇ ਆर्गन सपोर्ट ਨਹੀਂ ਕਰ ਰਹੇ ਬਲਕਿ ਇੰਡੀਕੇਸ਼ਨ ਹੈ ਕਿ ਜਦੋਂ ਸਾਡੇ ਕੋਲ ਕੋਈ ਬਲੈਕ ਸਰਕਲ ਲੈ ਕੇ ਆਉਂਦਾ ਹੈ ਬਲੈਂਸ਼ਸ ਲੈ ਕੇ ਆਉਂਦਾ ਹੈ ਤੇ ਸਾਡਾ ਧਿਆਨ ਸਿੱਧਾ ਲਿਵਰ ਤੇ ਚਲਾ ਜਾਂਦਾ ਹੈ ਸੋ ਇਸ ਕਰਕੇ ਇਹ ਬੜੀ ਸਾਰੀ ਇੰਡੀਕੇਸ਼ਨ ਹੈ ਕਿ ਸਟ्रेस ਸਟ੍ਰੇਨ ਐਂਗਜ਼ਾਇਟੀ ਮਨੋਵਿਕਾਰ ਨੇ ਮਨੋਰੋਗ ਨੇ ਇਹ ਵੀ 체ਰੇਦੰਨੇ ਕਾਰਸਪਾਇਲ ਕਰ ਦਿੰਦੇ ਆ ਤੇ ਬਹੁਤ ਸਾਰੇ ਆਰਗਨ ਜਦੋਂ ਖਾਸ ਕਰਕੇ ਲਿਵਰ ਸਪੋਰਟ ਨਹੀਂ ਕਰਦਾ ਤੇ ਸਾਨੂੰ 체ਹਰਾ ਦੱਸ ਦਿੰਦਾ ਕਿ there is something wrong in the body ਇਹਦਾ ਕੀ ਹੱਲ ਆ ਜੀ 체ਰੇ ਦੇ ਉੱਤੇ ਜਿਹੜਾ ਮੈਂ ਫਾਰਮੂਲੇਸ਼ਨ ਦੱਸਣ ਲੱਗਾ ਹਾਂ ਲੈਟ ਫੂਡ ਬੀ ਯੂਅਰ ਮੈਡੀਕੀਨ ਥੋੜੀ ਰਸੋਈ ਚ ਪਿਆ ਹੋਇਆ ਅੱਛਾ ਤੁਸੀਂ ਹਜ਼ਾਰਾਂ ਡਾਲਰ ਇਸ ਵੇਲੇ ਬਿਊਟੀ ਅਸਥੈਟਿਕ ਮੈਡੀਸਨ ਅਰਬਾਂ ਕਰਬਾਂ ਦਾ ਵਪਾਰ ਬਣਿਆ ਹੋਇਆ ਬਹੁਤ ਵੱਡਾ ਜੀ ਜੇ ਤੁਹਾਡੀ ਰਸੋਈ ਦੇ ਵਿੱਚੋਂ ਇਹੋ ਜੀ ਫਾਰਮੂਲੇਸ਼ਨ ਮਿਲ ਜੇ ਇਹੋ ਜਿਹਾ ਢੰਗ ਤਰੀਕਾ ਮਿਲ ਜੇ ਜਿਹਦਾ ਦੁਨੀਆ ਭਰ 'ਚ ਕੋਈ ਮੁਕਾਬਲਾ ਨਹੀਂ ਤੇ ਤੁਸੀਂ ਉਹਨੂੰ ਪ੍ਰੇਫਰ ਕਰੋਗੇ ਹੂੰ ਜਿਹੜੇ ਮੇਕਅਪ ਦੇ ਮੰਦ ਪ੍ਰਭਾਵ ਨੇ ਕਿਉਂਕਿ ਪਾਰਟੀ ਤੇ ਜਾਣਾ ਕੰਮਾਂ ਤੇ ਜਾਣਾ ਅਸੀਂ ਬਹੁਤ ਸਾਰੇ ਕੈਮੀਕਲ ਪੈਟਰੋਕੈਮੀਕਲ ਅਸੀਂ ਆਧਾਰ ਦੇ ਮੰਦੇ ਹਾਂ ਉਹ ਵੀ ਸਾਨੂੰ ਡੈਮੇਜ ਦਿੰਦੇ ਆ ਮੌਕੇ ਤੇ ਤਾਂ ਫੇਸ ਸਾਡਾ ਬੜਾ ਸੋਹਣਾ ਗਲੋ ਮਾਰਦਾ ਅੱਛਾ ਉਹ ਗਲੋ ਚਿਹਰੇ ਦੀ ਨਹੀਂ ਹੁੰਦੀ ਉਹ ਜਿਹੜਾ ਮਟੀਰੀਅਲ ਯੂਜ਼ ਕੀਤਾ ਉਹਦੀ ਹੈ ਲਿਕਨ ਜਿਹੜੀ ਸੀ ਮੈਂ ਦੱਸ ਰਿਹਾ ਹਾਂ ਇਸ ਸਚਿਮੁਚੀ ਤੁਹਾਡੇ ਚਿਹਰੇ ਦੀ ਤੁਹਾਡੀ ਸਕਿਨ ਦੀ ਜਿਹੜੀ ਗਲੋ ਆ ਉਹਦੇ ਚ ਉਚੇਚਾ ਨਿਹਾਰ ਲੈ ਕੇ ਆਏਗੀ ਉਹਦਾ ਉਚੇਚਾ ਰੰਗ ਹੋਏਗਾ ਉਹਦਾ ਉਚੇਚਾ ਟੈਕਸਚਰ ਹੋਏਗਾ ਕਿ ਸਾਨੂੰ ਵਾਕਈ ਚਿਹਰੇ ਦੀ ਚਮੜੀ ਬੜੀ ਖੂਬਸੂਰਤ ਪ੍ਰਭਾਵ ਚੱਲਦੀ ਹੈ ਦੱਸੋ ਜੀ ਪਹਿਲਾਂ ਚਿਹਰੇ ਨੂੰ ਸਾਫ਼ ਕਰਨਾ ਖਾਸ ਕਰਕੇ ਜਿਹੜੇ ਇਹਦੇ ਮਸਾਮ ਨੇ ਪੋਰਸ ਨੇ ਉਹ ਖੁੱਲ ਜਾਣ ਕਿਉਂਕਿ ਹਰ ਪੋਰਸ ਦੇ ਵਿੱਚ ਜਿਹੜਾ ਨਾ ਉਹ ਮੋਰਬਿਡ ਫਸਿਆ ਹੁੰਦਾ ਜਿਹਨੂੰ ਅਸੀਂ ਬਾਅਦ ਚ ਕਹਿੰਦੇ ਉਹਦੇ ਚ ਬਲੈਕ ਹੈਡਸ ਆ ਗਏ ਜੀ ਉਹ ਮੋਰਬਿਡ ਫਸਿਆ ਹੁੰਦਾ ਜਦੋਂ ਬਲੈਕ ਹੈਡਸ ਨਿਕਲ ਜਾਂਦੇ ਉਹ ਪੋਰਸ ਖਾਲੀ ਹੋ ਜਾਂਦੀ ਪੋਰਸ ਖਾਲੀ ਕਰਨ ਵਾਸਤੇ ਇੱਕ ਤਾਂ ਸਟੀਮ ਦਾ ਇੱਕ ਪੁਰਾਣਾ ਤਰੀਕਾ ਹੈ ਸਾਰੇ ਲੋਕ ਕਰਦੇ ਨੇ ਸਟੀਮ ਲਿਆ ਕਿੰਨੀ ਦੇਰ ਤੱਕ ਬਾਅਦ ਚ ਮੁੜ ਕੇ ਘੁੱਟ ਕੇ ਸਾਰੀਆਂ ਚੀਜ਼ਾਂ ਕੱਢ ਦੇਣੀ ਹੈ ਬਿਊਟੀਸ਼ੀਅਨਸ ਵੀ ਇਹ ਕੰਮ ਕਰਦੇ ਆ ਲੇਕਿਨ ਇੱਕ ਹੋਰ ਸੌਖਾ ਤਰੀਕਾ ਆ ਕਿ ਇੱਕ ਚਮਚ ਨਿੰਬੂ ਦਾ ਰਸ ਲੈ ਲਓ ਤੇ ਇੱਕ ਚਮਚ ਗੁਲਾਬ ਜਲ ਲੈ ਲਓ ਦੋ ਚਮਚ ਤੁਹਾਡੇ ਕੋਲ ਲਿਕਵਿਡ ਬਣ ਗਿਆ ਜਿਹਨੂੰ ਤੁਸੀਂ ਕਾਟਨ ਲੈ ਕੇ ਜਾਂ ਸਰਜੀਕਰ ਕਾਟਨ ਲੈ ਕੇ ਆਪਣੇ ਚਿਹਰੇ ਦੇ ਉੱਤੇ ਲਾ ਕੇ ਰੱਖਣਾ ਹੂੰ ਕੁਝ ਮਿੰਟਾਂ ਤੋਂ ਬਾਅਦ ਉਹਨੂੰ ਦਬਾ ਕੇ ਰਗ ਕਰਕੇ ਉਤਾਰ ਦੇਣਾ ਸਾਰਾ ਤੁਸੀਂ ਵੇਖੋਗੇ ਤੁਹਾਡੀ ਕਾਟਨ ਦੱਸ ਦੇਗੀ ਕਿ ਕਿੰਨੀ ਮੈਲ ਉੱਤਰ ਰਹੀ ਹੈ ਤੁਹਾਡੇ ਉਹ ਮੈਲ ਦਾ ਮਤਲਬ ਮੋਰਬਿਡ ਸਟੱਫ ਹੈ ਤੁਹਾਡੀਆਂ ਪੋਰਸ ਓਪਨ ਹੋ ਗਈਆਂ ਓਕੇ ਸੋ ਪਹਿਲਾਂ ਤੇ ਪੋਰਸ ਓਪਨ ਕਰਨੀਆਂ ਠੀਕ ਹੈ ਜੀ ਹੁਣ ਪੋਰਸ ਓਪਨ ਕਰਕੇ ਤੇ ਫਿਰ ਅਸੀਂ ਕਰਨਾ ਕੀ ਹੈ ਮ사ਜ ਕਰਨੀ ਹੈ ਕਿਸ ਚੀਜ਼ ਦੀ let your food be your medicine ਇੱਕ ਚਮਚ ਘਰ ਦਾ ਬਣਾਇਆ ਹੋਇਆ ਮੱਖਣ ਜਿਹੜਾ ਕਰੀਮੋ ਤੋਂ ਜਾਂ ਵੱਡੀ ਫੈਟ ਵਾਲੇ ਦੁੱਧ ਤੋਂ ਬਲਾਈ ਤੋਂ ਤੁਸੀਂ ਹਰ ਘਰ 'ਚ ਲੇਡੀਜ਼ ਬਣਾ ਲੈਂਦੀਆਂ ਘਰੇਲੂ ਲੇਕਿਨ ਬਾਜ਼ਾਰੀ ਨਹੀਂ ਹੈ ਉਹਦਾ ਪੀ ਐਚ ਲੈਵਲ ਨਹੀਂ ਠੀਕ ਹੁੰਦਾ ਇਹਦਾ ਪੀ ਐਚ ਲੈਵਲ ਨਿਊਟਰ ਹੁੰਦਾ ਖੱਟਾ ਨਹੀਂ ਹੁੰਦਾ ਲੇਕਿਨ ਖੱਟਾ ਇਹਨੂੰ ਹੁਣ ਵੀ ਨਹੀਂ ਦੇਣਾ ਇਹ ਨਹੀਂ ਅੱਜ ਬਣਾ ਕੇ ਰੱਖ ਰਿਹਾ ਦੋ ਹਫ਼ਤੇ ਉਹੀ ਮੱਖਣ ਵਰਤਣਾ ਨਹੀਂ ਤਾਜ਼ਾ ਦੋ ਤਿੰਨ ਦਿਨ ਤੁਸੀਂ ਯੂਜ਼ ਕਰ ਲਓ ਜਦੋਂ ਖੱਟਾ ਹੋਣਾ ਸ਼ੁਰੂ ਹੋ ਜਾਏ ਫਿਰ ਨਹੀਂ ਸੋ ਇਸ ਕਰਕੇ ਤੁਸੀਂ ਇੱਕ ਚਮਚ ਮੱਖਣ ਅੱਧਾ ਚਮਚ ਹਲਦੀ ਤੇ ਦੋ ਤੋਂ ਤਿੰਨ ਕੈਪਸੂਲਸ ਵਿਟਾਮਿਨ E E ਫਾਰ এলিਫੈਂਟ ਵਿਟਾਮਿਨ E ਬਾਜ਼ਾਰੋਂ ਮਿਲ ਜਾਂਦੇ ਆ ਉਹ ਵਿੱਚ ਤੋੜ ਦੇਣੇ ਓਕੇ ਸੋ ਵਿਟਾਮਿਨ E ਮੱਖਣ ਤੇ ਹਲਦੀ ਤਿੰਨਾਂ ਨੂੰ ਮੈਸ਼ ਕਰ ਲੈਣਾ ਤੁਹਾਡੀ ਕਰੀਮ ਤਿਆਰ ਹੋ ਗਈ ਉਹਦੇ ਨਾਲ ਤੁਸੀਂ ਜਿੰਨਾ ਫੇਸ ਐਂਡ ਐਕਸਪੋਜ਼ਡ ਏਰੀਆਜ਼ ਆ ਇਹਦੇ ਉੱਤੇ ਮ사ਜ ਕਰਨੀ ਆ 5 ਤੋਂ 7 ਮਿੰਟ ਮ사ਜ ਕਰੋ 5 ਕੁ ਮਿੰਟ ਨੂੰ ਰਹਿਣ ਦਿਓ ਉਸ ਤੋਂ ਬਾਅਦ ਗਰਮ ਪਾਣੀ ਦੇ ਨਾਲ ਧੋ ਲਓ ਹਲਦੀ ਨੇ ਤੁਹਾਡੀ 셔ਟ ਖਰਾਬ ਕਰਨੀ ਆ ਇੱਕ 셔ਟ ਵੱਖਰੀ ਰੱਖ ਲਓ ਕਿ ਇਹਨੂੰ ਹਲਦੀ ਲੱਗਣੀ ਆ ਰੋਜ਼ ਉਸੇ ਨੂੰ ਯੂਜ਼ ਕਰੋ ਤੁਸੀਂ ਵੇਖੋ ਕਿ 30ਵੇਂ ਦਿਨ ਤੁਹਾਡਾ ਫੇਸ ਤੁਹਾਨੂੰ ਆਪ ਨੂੰ ਪਛਾਣ ਚ ਨਹੀਂ ਆਉਣਾ ਤੁਸੀਂ ਲੱਖਾਂ ਰੁਪਈਆ ਦੇ ਹਜ਼ਾਰਾਂ ਰੁਪਈਆ ਦੇ ਕੈਮੀਕਲ ਯੂਜ਼ ਕਰਕੇ ਸਵਾਰਨ ਦੀ ਕੋਸ਼ਿਸ਼ ਕੀਤੀ ਹੈ ਇਲਾਜ ਤਾਂ ਤੁਹਾਡੇ ਘਰ ਚ ਪਿਆ ਹੋਇਆ ਸੀਗਾ ਤੁਸੀਂ ਦੇਖੋਗੇ ਕਿ ਚਿਹਰੇ ਦੇ ਉੱਤੇ ਨਿਖਾਰ ਕਿਸ ਕਿਸ ਚੀਜ਼ ਲਈ ਕੰਮ ਕਰੇਗਾ ਇਹ ਕਾਲੇ ਥਿਮ ਚਿੱਟੇ ਥਿਮ ਬਲੈਂਸ਼ਸ ਬਲੈਕ ਸਰਕਲਸ ਔਰ ਰੰਗ ਗੋਰਾ ਕਰਨ ਵਾਸਤੇ ਇਹ ਬੈਸਟ ਹੈ ਔਰ ਟੈਕਸਚਰ ਜਿਹੜਾ ਤੁਹਾਡੇ ਸਕਿਨ ਦੀ ਚਮੜੀ ਹੈ ਉਹਦਾ ਟੈਕਸਚਰ ਉਹ ਖੂਬਸੂਰਤ ਹੋਏਗਾ 글로ਅ ਦੇਏਗਾ ਲਿਸ਼ਕਦੀ ਹੋਏਗੀ ਤੁਹਾਡੀ ਸਕਿਨ ਔਰ ਇਹ ਤੀਸਰੇ ਦਿਨ ਦਿਖ ਪਏਗਾ ਸਭ ਤੋਂ ਸੌਖਾ ਤੇ ਸਸਤਾ ਇਹ ਕੰਮ ਹੈ ਮਿਹਨਤ ਲੱਗਦੀ ਹੈ ਥੋੜਾ ਜਿਹਾ ਰਸਟਿਕ ਹੈ ਮਿਹਨਤ ਲਾ ਲੋਗੇ ਤੁਸੀਂ ਮਿਹਨਤ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਸੰਵਾਰ ਸਕਦੇ ਹੋ ਔਰ ਜਦੋਂ ਤੁਸੀਂ ਮੇਕਅਪ ਕਰਕੇ ਆਉਂਦੇ ਹੋ ਸਭ ਤੋਂ ਪਹਿਲਾ ਕੰਮ ਕਰਿਆ ਕਰੋ ਕਿ ਜਲਦੀ ਤੋਂ ਜਲਦੀ ਲੇਡੀਜ਼ ਖਾਸ ਕਰਕੇ ਕਿ ਆਪਣਾ ਮੇਕਅਪ ਉਤਾਰ ਦਿਓ ਉਹ ਜ਼ਿਆਦਾ دیر ਰਹਿਣਾ ਤੁਹਾਡੇ ਚਿਹਰੇ ਨੂੰ ਖਰਾਬ ਕਰਦਾ ਹੈ ਉਸ ਤੋਂ ਬਾਅਦ ਇਹ ਵਰਤ ਲਓ ਉਹਦੇ ਜੇ ਮੰਦ ਪ੍ਰਭਾਵ ਪਏ ਸੀ ਉਹ ਸਾਰੇ ਦੇ ਸਾਰੇ ਇਨ ਵੈਨਿਸ਼ ਕਰ ਦੇਣੇ ਆ ਔਰ ਤੁਹਾਨੂੰ ਸਰੀਰ ਨੂੰ ਤਰਾਵਟ ਮਿਲ ਜਾਣੀ ਹੈ ਸਰੀਰ ਨੂੰ ਕੁਰਾਕ ਮਿਲ ਜਾਣੀ ਹੈ ਸਕਿਨ ਨੂੰ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਚਿਹਰਾ ਹੂੰ ਸੋ ਇਹਦਾ ਉੱਚੀ ਚਾਹ ਖਿਆਲ ਤੁਸੀਂ ਆਪਣੀ ਰਸੋਈ ਚੋਂ ਕਰ ਸਕਦੇ ਆ ਆਦਮੀ ਔਰਤ ਕਿਸੇ ਵੀ ਉਮਰ ਦੇ ਕੋਈ ਵੀ ਸਾਰੇ ਕਰ ਸਕਦੇ ਸਭ ਕਰ ਸਕਦੇ ਆ ਛੋਟੀ ਬੱਚੀ ਤੋਂ ਲੈ ਕੇ ਵੱਡੀ ਉਮਰ ਦੀ ਬੇਬੇ ਤੱਕ ਸਾਰੇ ਸਾਰੇ ਕਰ ਸਕਦੇ ਅੱਛਾ ਇਹਦੇ ਨਾਲ ਫਿਰ ਕਈ ਜਿਹੇ ਹੁੰਦਾ ਸਵਾਲ ਹੁੰਦੇ ਆ ਕਿ ਕੀ ਇਹਹੀ ਇਹਦੇ ਨਾਲ ਜਿਹੜੇ ਨਾਰਮਲ ਜਿਹਦੇ ਨਾਲ ਮੂੰਹ ਮੱਥ ਧੋਈਦਾ ਆ ਕੋਈ ਫੇਸ ਵਾਸ਼ ਜਾਂ ਕੋਈ ਸਾਬਣ ਉਹ ਉਦਾਂ ਹੀ ਵਰਤਣੀ ਕਿ ਜਾਂ ਉਹਨਾਂ ਦੀ ਵਰਤੋਂ ਨਹੀਂ ਕਰਨੀ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਪੀ ਐਚ ਨਿਊਟਰਲ ਦੇ ਮਿਲ ਜਾਂਦੇ ਆ ਨੇਚੁਰਲ ਸਟੋਰਸ ਦੇ ਉੱਪਰ ਜਾ ਕੇ ਤੁਸੀਂ ਉਹਨੂੰ ਸ਼ੈਂਪੂ ਕਹੋਗੇ ਉਹਨੂੰ ਸੋਪ ਕਰੋਗੇ ਉਹਨੂੰ ਕਹਿਣਾ ਕਿ ਸਾਨੂੰ ਪੀ ਐਚ ਨਿਊਟਰਲ ਓਕੇ ਜਿਹਦਾ ਤਜ਼ਾਬੀ ਤੇ ਉਹ ਇੱਕ ਬਰਾਬਰ ਹੋਵੇ ਉਹ ਮਿਲ ਜਾਂਦੇ ਨੇ ਸਾਨੂੰ ਉਹ ਪ੍ਰੇਫਰ ਕਰਨੇ ਚਾਹੀਦੇ ਆ ਖਾਸ ਕਰਕੇ ਫੇਸ ਵਾਸਤੇ ਬਾਕੀ ਬਾਡੀ ਨੂੰ ਥੋੜਾ ਬਹੁਤਾ ਰਫਟ ਅਪ ਤੁਸੀਂ ਯੂਜ਼ ਕਰ ਲਓ ਲੇਕਿਨ ਫੇਸ ਵਾਸਤੇ ਸਾਨੂੰ ਉਚਿਤਚਾ ਜਿਹੜਾ ਹੈ ਉਹ ਪੀ ਐਚ ਨਿਊਟਰਲ ਦੇ ਜਿਹੜੇ ਆ ਵਾਸ਼ਿੰਗ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਬਿਲਕੁਲ ਠੀਕ ਹੈ ਅੱਛਾ ਰੋਟਸਪੋਂ ਅਗਲੀਆਂ ਚੀਜ਼ਾਂ ਬਾਡੀ ਆ ਜਾਣੀਆਂ ਫਿਰ ਅਸੀਂ ਨੇਲਸ ਦੀ ਗੱਲ ਕਰਨੀ ਆ ਫਿਰ ਫੋਲਡਸ ਦੀ ਪੈਰਾਂ ਦੀ ਪਹਿਲਾਂ ਬਾਡੀ ਦੀ ਗੱਲ ਕਰ ਲਈ ਕਿਉਂਕਿ ਸਿਰ ਦੀ ਗੱਲ ਹੋਗੀ ਦਾੜੀ ਦੀ ਹੋਗੀ ਫਿਰ ਫੇਸ ਦੀ ਹੋਗੀ ਹੁਣ ਜਿਹੜਾ ਬਾਕੀ ਸਾਡਾ ਮੋਸਟ ਆਫ ਦਾ ਬਾਡੀ ਪਾਰਟ ਆ ਜਾਂਦੇ ਆ ਜਿਹਦੇ ਵਿੱਚ ਪੇਟ ਆ ਗਈ ਸਾਡੀ ਛਾਤੀ ਕਈਆਂ ਦੀ ਉਹਦੀਆਂ ਡਿਫਰੈਂਟ ਡਿਫਰੈਂਟ ਡਿਸੀਜ਼ ਹੁੰਦੀਆਂ ਨੇ ਕਿਸੇ ਨੂੰ ਕੋਈ ਤੰਗੀ ਕੋਈ ਪਰੇਸ਼ਾਨੀ ਉਹ ਕੀ ਕੀ ਹੁੰਦੀਆਂ ਨੇ ਪਰਹੇਜ਼ ਚਰਮ ਰੋਗ ਦਾ ਇੱਕੋ ਹੀ ਜਿਦਾ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਉਹਦਾ ਦੁਹਰਾਓ ਵੀ ਕਰ ਚੁੱਕੇ ਆ ਕਿ ਯੀਸਟ ਖਮੀਰ ਵਾਲੀਆਂ ਚੀਜ਼ਾਂ ਨਹੀਂ ਡੱਬਾ ਬੰਦ ਬੋਟਲ ਬੰਦ ਨਹੀਂ ਆਰਟੀਫੀਸ਼ੀਅਲ ਕਲਰ ਖੁਸ਼ਬੂਆਂ ਰੰਗ ਨਹੀਂ ਤੁਹਾਡੇ ਖਾਣੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਯੀਸਟ ਖਮੀਰ ਨਹੀਂ ਇਹ ਸੇ ਕਰ ਲੀਆਂ ਗੱਲਾਂ ਜੀ ਜੀ ਹੁਣ ਤੁਸੀਂ ਕਰਨਾ ਕੀ ਹੈ ਅਗੇਨ Let food be your medicine only haldi ਓਕੇ ਜੋ ਹਲਦੀ ਨੇ ਕੰਮ ਕਰ ਦੇਣਾ ਉਹ ਦੁਨੀਆ ਤੇ ਕੋਈ ਚੀਜ਼ ਨਹੀਂ ਕਰ ਸਕਦੀ ਹਲਦੀ ਜ਼ਖਮ ਤੇ ਲਾਉਣ ਵਾਸਤੇ ਹਲਦੀ ਬਾਡੀ ਦਾ ਹਲਦੀ ਤੇ ਚੰਦਨ ਦਾ ਲੇਪ ਵਟਣਾ ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਕੀਤਾ ਜਾਂਦਾ ਸੀ ਮੁੰਡਿਆਂ ਨੂੰ ਵੀ ਕੀਤਾ ਜਾਂਦਾ ਸੋ ਸਾਡੀ ਚਮੜੀ ਨੂੰ ਜਿੱਤੋਂ ਹਲਦੀ ਬਾਹਰੋਂ ਸਵਾਰਦੀ ਹੈ ਉਹ ਰਿਲ ਐਡਮਿਨਿਸਟ੍ਰੇਸ਼ਨ ਦੇ ਤਹਿਤ ਹੀ ਐਂਟੀਬਾਇਓਟਿਕ ਐਂਟੀ ਅਲਰਜਿਕ ਐਂਟੀਸੈਪਟਿਕ ਐਂਡ ਵਾਟ ਨਾਟ ਇੰਨੇ ਹਲਦੀ ਦੇ ਗੁਣ ਹੈ ਤੇ ਜਦੋਂ ਅਸੀਂ ਇਹਨੂੰ ਦਵਾਈ ਦੇ ਤੌਰ ਤੇ ਯੂਜ਼ ਕਰਨਾ ਫਿਰ ਇਹਦੀ ਸਪੈਸੀਫਿਕ ਡੋਜ਼ ਹੈ ਤੇ ਸਪੈਸੀਫਿਕ ਅਨੁਪਾਨ ਹੈ ਹਮ ਸਪੈਸੀਫਿਕ ਡੋਜ਼ ਇਹ ਹੈ ਕਿ 2.5 ਗ੍ਰਾਮ ਸਵੇਰੇ 2.5 ਗ੍ਰਾਮ ਸ਼ਾਮੀ ਚਮਚ ਅੱਧਾ 5 ਗ੍ਰਾਮ ਇੱਕ ਚਮਚ ਹੁੰਦਾ ਟੀਸੀ ਕਰੋ ਤੇ ਅੱਧਾ ਗਰਮ ਦੁੱਧ ਦੇ ਵਿੱਚ ਅਨੁਪਾਨ ਕੀ ਹੈ ਗਰਮ ਦੁੱਧ ਠੀਕ ਹੈ ਕਈਆਂ ਨੂੰ ਦੁੱਧ ਸੂਟ ਨਹੀਂ ਕਰਦਾ ਉਹ ਪਾਣੀ 'ਚ ਲੈ ਲੈਣ ਜਾਂ ਚਾਹ 'ਚ ਲੈ ਲੈਣ ਜਾਂ ਬਦਾਮ ਦੇ ਦੁੱਧ 'ਚ ਲੈ ਲੈਣ ਸੋਇਆਬੀਨ ਦੇ ਦੁੱਧ 'ਚ ਲੈ ਲੈਣ ਜੇ ਕਿਸੇ ਨੂੰ ਲੈਕਟੋਸ ਸੂਟ ਨਹੀਂ ਕਰਦਾ ਹਮ ਲੇਕਿਨ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮੀ ਲਗਾਤਾਰ ਲਾਓ ਪਰ ਜੇ ਕਿਤੇ ਛੋਟੇ ਬੱਚਿਆਂ ਨੂੰ ਹੋਏ ਤੁਸੀਂ ਹਲਦੀ ਤਾਂ ਦੇ ਨਹੀਂ ਸਕਦੇ ਬਲਕਿ ਵੱਡੇ ਵੀ ਯੂਜ਼ ਕਰ ਸਕਦੇ ਆ ਕੋਈ ਹਲਦੀ ਨਹੀਂ ਖਾ ਸਕਦੇ ਫਿਰ ਤੁਸੀਂ ਕੀ ਕਰਨਾ ਸਰੋਂ ਦਾ ਤੇਲ ਮੰਨ ਲਓ ਦੋ ਚਮਚ ਲਿਆ ਤੇ ਉਹਦੇ ਚ ਦੋ ਕਲੋਵਸ ਲਸਣ ਦੀਆਂ ਵੱਡੀਆਂ ਬਰੀਕ ਬਰੀਕ ਸਲਾਈਸਸ ਕੱਟ ਕੇ ਸਾੜ ਲਓ अच्छा साड़न तो बाद लसन काला हो जाएगा ठंडा होने दो तेल उतार लो ਜਿੱਥੇ ਕਿਤੇ ਸੌਫਟ ਟਿਸ਼ੂਸ ਨੇ ਸਿੱਥੇ ਕਿਤੇ ਪ੍ਰਾਈਵੇਟ ਆਰਗਨਸ ਤੇ ਹੋ ਗਿਆ ਫੋਲਡਸ ਨੇ ਹੋ ਗਿਆ ਜਿਹੜੇ ਸਾਨੂੰ ਐਕਸਪੋਜ਼ ਨਹੀਂ ਕਰਦੇ ਉਹਨਾਂ ਸਾਰੀਆਂ ਜਗ੍ਹਾ ਦੇ ਉੱਪਰ ਇਹ ਤੇਲ ਜਿਹੜਾ ਕਿ ਲਸਨ ਸਾੜ ਕੇ ਬਣਾਇਆ ਹੈ ਬਹੁਤ ਮਫੀਦ ਹੈ ਸੜਦੀ ਚਮੜੀ ਦੁਖੀ ਹੋ ਕੇ ਨਾ ਬੰਦਾ ਦੱਸਦਾ ਕਿਸੇ ਨੂੰ ਨਾ ਉਹ ਸੌਖਾ ਔਖਾ ਰਹਿੰਦਾ ਹੈ ਅਗਰ ਇਹ ਲਾਓਗੇ ਤੇ ਇਹਦੇ ਨਾਲ ਆਰਾਮ ਹੋ ਜਾਏਗਾ ਪਰ ਹਲਦੀ ਜਿਹੜੀ ਹੈ ਇਹ ਤਾਂ ਪੱਕੀ ਆਦਤ ਬਣਾ ਲੈਣ ਚਰਮ ਰੋਗਾਂ ਵਾਲੇ ਚਾਹੇ ਉਹ ਐਕਜ਼ੀਮਾ ਹੋਵੇ ਚਾਹੇ ਉਹ ਸੋਰਾਈਸਿਸ ਹੋਵੇ ਚਾਹੇ ਉਹ ਡਰਮੇਟਾਈਟਸ ਹੋਵੇ ਉਹਨਾਂ ਨੇ ਹਲਦੀ ਦੀ ਵਰਤੋਂ ਕਰਨੀ ਕਰਨੀ ਹੈ ਸੋ ਇਹ ਇਲਾਜ ਤੇ ਇਹ ਪਰਹੇਜ਼ ਅਗਰ ਤੁਸੀਂ ਕਰੋਗੇ ਤੇ ਆਪਣੇ ਕੋਲੋਂ ਜੋ ਕਰ ਸਕਦੇ ਹੋ ਉਹ ਬੈਸਟ ਇਹੀ ਹੈ। ਅੱਛਾ ਅਗਲੀ ਇੱਕ ਬਹੁਤ ਸਾਰੀ ਪ੍ਰੋਬਲਮ ਨੇਲਸ ਇਨ ਰਿਲੇਟਡ ਆਉਂਦੀ ਹੈ ਕਿ ਉਹ ਵੀ ਸਕਿਨ ਡਿਸੀਜ਼ ਹੀ ਅਸੀਂ ਉਹਨੂੰ ਮੰਨ ਲਿਆ ਜਾਂਦਾ ਕਿਉਂਕਿ ਕਈ ਵਾਰੀ ਕਿਸੇ ਦੇ ਨੇਲਸ ਕਾਲੇ ਹੋ ਰਹੇ ਹੁੰਦੇ ਆ ਕਈ ਵਾਰੀ ਸਾਈਡਾਂ ਭਰ ਜਾਂਦੀਆਂ ਉਹ ਕਿਹਦਾ ਹਿੱਸਾ ਨੇ ਜਿੱਥੇ ਹਿਸਟੈਮਿਨ ਹੈ ਜਿੱਥੇ ਫੰਗਸ ਹੈ ਜਿੱਥੇ ਅਸੀਂ ਕੈਂਡੀਡਾ ਹੈ ਜਿੱਥੇ ਵੀ ਅਸੀਂ ਇਹ ਮੰਨਦੇ ਆ ਕਿ ਇਹ ਚਰਮ ਰੋਗ ਦੇ ਨਾਲ ਨਵੇਂ ਚਰਮ ਰੋਗ ਚ ਆ ਜਾਂਦੇ ਆ ਉੱਥੇ ਵੀ ਨੋਮਾਂ ਨੂੰ ਅਗਰ ਨੋ ਪੀਲੇ ਹੋ ਜਾਣਗੇ ਇਹਨਾਂ ਨੂੰ ਦੇਖਣਾ ਪੈਣਾ ਹੈ ਲੇਕਿਨ ਜਿੱਥੇ ਮੈਂ ਕਿਹਾ ਸਰੋਂ ਦਾ ਤੇਲ ਲਸਣ ਨਾਲ ਵਿੱਚ ਅੱਧਾ ਚਮਚ ਹਲਦੀ ਵੀ ਪਾ ਲਓ ਨੂੰ ਸਾੜ ਕੇ ਹੂੰ ਰੋਜ਼ ਰਾਤ ਨੂੰ ਬੰਦੋ ਰਾਤ ਲੱਗਾ ਰਹਿਣ ਦਿਓ ਜਿੰਨਾ ਤੱਤਾ ਤੱਤਾ ਕਿਉ ਹੂੰ ਜਾਂ ਤੱਤਾ ਤੱਤਾ ਤੇਲ ਨੋਵਾਂ ਦੇ ਉੱਤੇ ਤੁਸੀਂ ਲਾ ਸਕਦੇ ਹੋ ਉਨਾ ਚੰਗਾ ਆ ਤੁਸੀਂ ਵੇਖੋ ਕਿ ਤੀਸਰੇ ਦਿਨ ਤੁਹਾਨੂੰ ਫਰਕ ਨਜ਼ਰ ਆਉਣਾ ਸ਼ੁਰੂ ਹੋਏਗਾ ਜਿਨ੍ਹਾਂ ਦੇ ਨੋ ਭਰੇ ਨੇ ਜਿਨ੍ਹਾਂ ਦੇ ਨੋ ਕਾਲੇ ਨੇ ਜਿਨ੍ਹਾਂ ਦੇ ਨਾਅ ਛੋਟੇ ਨੇ ਲਸਣ ਤੇ ਹਲਦੀ ਸਾੜ ਕੇ ਜਦੋਂ ਅਸੀਂ ਤੇਲ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਯੂਜ਼ ਕਰਦੇ ਆ ਇਹਦੇ ਨਾਲੋਂ ਵਧੀਆ ਹੋਰ ਕੋਈ ਦਵਾਈ ਨਹੀਂ ਹੈ ਲਾ ਕੇ ਫਿਰ ਇਹਨੂੰ ਬੰਦ ਦੇਣਾ ਹੁੰਦਾ ਸਾਰੀ ਰਾਤ ਲੱਗਾ ਰਹਿਣ ਦਿਓ ਉਹਦੇ ਉੱਤੇ ਤੁਸੀਂ ਕੋਈ ਕਵਰ ਪਾ ਲਓ ਕੁਝ ਰੱਖ ਲਓ ਲੱਗਾ ਰਵੇ ਰਾਤ ਸਵੇਰੇ ਉੱਠ ਕੇ ਖੋਲ ਦਿਓ ਇਸੇ ਤਰੀਕੇ ਦੇ ਨਾਲ ਹਾਂ ਇਹਨਾ ਜ਼ਰੂਰ ਹੈ ਕਿ ਪੈਰਾਂ ਦਾ ਤਾਂ ਕੋਈ ਨਹੀਂ ਸੌਕਸ ਪਹਿ ਜਾਣੀਆਂ ਹੱਥਾਂ ਦੇ ਜਿਹੜੇ ਆ ਉਹ ਪੀਲੇ ਹੋ ਜਾਂਦੇ ਆ ਜੇ ਕਿਸੇ ਨੂੰ ਬਹੁਤ ਕੌਂਸ਼ੀਅਸ ਹੋਵੇ ਤੇ ਹਲਦੀ ਨਾ ਪਾਇਓ ਕੱਡੇ ਲਸਣ ਵਾਲਾ ਕਰ ਲਓ ਲੇਕਿਨ ਪੈਰਾਂ ਦੇ ਨੋ ਬੜੇ ਖਰਾਬ ਹੁੰਦੇ ਕਈਆਂ ਨੂੰ ਜਰਾਬਾਂ ਸੂਟ ਨਹੀਂ ਕਰਦੀ ਕਈਆਂ ਦੇ ਪੈਰਾਂ 'ਚ ਪਸੀਨਾ ਬੜਾ ਆਉਂਦਾ ਜਿਹਦੇ ਕਰਕੇ ਉਹ ਫੰਗਲ ਡਿਜ਼ੀਜ਼ਸ ਹੋ ਜਾਂਦੀਆਂ ਉੱਥੇ ਤੁਸੀਂ ਜ਼ਰੂਰ ਹਲਦੀ ਲਸਣ ਤੇ ਸਰੋਂ ਦਾ ਤੇਲ ਸਾੜ ਕੇ ਉਹਦੀ ਵਰਤੋਂ ਕਰੋ ਕਈ ਵਾਰੀ ਪੁਰਾਣੀ ਪ੍ਰੋਬਲਮ ਹੁੰਦੀ ਹੈ ਕਾਫੀ ਪੁਰਾਣੀ ਕਈ ਸਾਲਾਂ ਤੋਂ ਚੱਲਦੀ ਉਹ ਮੈਟਰ ਨਹੀਂ ਕਰਦੀ ਕ੍ਰੋਨਿਕ ਟੂ ਕ੍ਰੋਨਿਕ ਚੀਜ਼ਾਂ 'ਚ ਫਾਇਦਾ ਹੋਏਗਾ ਪਰਹੇਜ਼ ਜਿਹੜੇ ਦੱਸਿਆ ਉਹ ਕਰ ਲੋ ਇਲਾਜ ਤੁਸੀਂ ਇੰਨਾ ਕੁ ਕਰ ਲੋ ਤੁਹਾਨੂੰ ਫਰਕ ਨਜ਼ਰ ਆਏਗਾ ਕਿ ਜੇ ਬਹੁਤ ਵਿਗੜੀ ਹੋਈ ਗੱਲ ਆ ਤੇ ਵਿਗੜਿਆ ਤਿਗੜਿਆ ਦਾ ਤੇ ਡੰਡਾ ਪੀਰ ਹੈ ਉਹ ਡੰਡਾ ਦਵਾਈ ਹੁੰਦੀ ਹੈ ਦਵਾਈ ਡਾਕਟਰ ਕੋਲ ਹੁੰਦੀ ਹੈ ਸਾਡੀ ਕੋਸ਼ਿਸ਼ ਹੈ ਕਿ ਨਾ ਡੰਡੇ ਤੱਕ ਜਾਇਆ ਜਾਏ ਤੇ ਨਾ ਪੀਰ ਤੱਕ ਜਾਇਆ ਜਾਏ ਸੋ ਇਸ ਕਰਕੇ ਘਰੇਲੂ ਉਪਚਾਰ ਜੇ ਤੁਸੀਂ ਇਹ ਕਰਦੇ ਰਹੋ ਤੇ ਅਸੀਂ ਡਾਕਟਰ ਤੇ ਦਵਾਈਆਂ ਤੋਂ ਬਚ ਸਕਦੇ ਆ ਮਜਬੂਰੀ ਦੀ ਹਾਲਤ 'ਚ ਸੌਤ 'ਚ ਇੱਕ ਉਹਨੇ ਡਾਕਟਰ ਕੋਲ ਜਾਣਾ ਹੁੰਦਾ ਜਾਣਾ ਪੈਂਦਾ ਆ ਡਾਕਟਰ ਫਿਰ ਆਪਣੀ ਮਹਾਰਤ ਦੇ ਨਾਲ ਇਹਦਾ ਸਾਰਾ ਕੁਝ ਮੈਨੇਜ ਕਰ ਲੈਂਦੇ ਆ ਚਾਹੇ ਉਹ ਸਰਾਇਸਿਸ ਹੋਵੇ ਚਾਹੇ ਉਹ ਐਕਜ਼ੀਮਾ ਹੋਵੇ ਚਾਹੇ ਕੋਈ ਚਰਮ ਰੋਗ ਹੋ ਅੱਛਾ ਅਗਲੀ ਗੱਲ ਜਿਹੜੀ ਕਰਨੀ ਆ ਉਹ ਸਾਡੀਆਂ ਜਿੱਦਾਂ ਬੋਡੀ ਦੀਆਂ ਅਰਕਾਂ ਜਾਂ ਸਾਡੀਆਂ ਅੱਡੀਆਂ ਆ ਜਾਂਦੀਆਂ ਨੇ ਇਹ ਵੀ ਬਹੁਤ ਵੱਡੀ ਸਮੱਸਿਆ ਵਾ ਹੁਣ ਆਦਮੀ ਤੇ ਕਈ ਵਾਰੀ ਨਹੀਂ ਪ੍ਰਵਾਹ ਕਰਦੇ ਪਰ ਲੇਡੀਜ਼ ਨੇ ਕਿਉਂਕਿ ਸ਼ੂਜ਼ ਜਾਂ ਜੁੱਤੀਆਂ ਜਾਂ ਕਈ ਰੀ ਕੱਪੜੇ ਉਦਾਂ ਦੇ ਪਾਉਣੇ ਹੁੰਦੇ ਵੀ ਫਿਰ ਉਹ ਧਿਆਨ ਜ਼ਿਆਦਾ ਦੇਣਾ ਪੈਂਦਾ ਉਹਦਾ ਕੀ ਖਾਸ ਇਲਾਜ ਹੋ ਸਕਦਾ ਦੇਖੋ ਜਿਹੜੀ ਕਰੀਮ ਮੈਂ ਚਿਹਰੇ ਵਾਸਤੇ ਦੱਸੀ ਸੀ ਹਾਂਜੀ ਇੱਕ ਚਮਚ ਮੱਖਣ ਅੱਧਾ ਚਮਚ ਹਲਦੀ ਤੇ 2-3 ਕੈਪਸੂਲ ਵਿਟਾਮਿਨ E ਦੇ ਕੋਲ ਕੇ ਉਹ ਅੱਡੀਆਂ ਦੇ ਅੱਡੀਆਂ ਫਟ ਜਾਣੀਆਂ ਜਿਹਨੂੰ ਪੰਜਾਬੀ ਦੇ ਵਿੱਚ ਇੱਕ ਵੱਖਰਾ ਨਾਮ ਦਿੱਤਾ ਜਾਂਦਾ ਹੈ ਸੋ ਕ੍ਰੈਕਸ ਆ ਜਾਂਦੇ ਨੇ ਜਿਹੜੇ ਜੀ ਉਹਨਾਂ ਦੇ ਵਿੱਚ ਜੇ ਤੁਸੀਂ ਭਰ ਕੇ ਲਾ ਦੋਗੇ ਤੁਸੀਂ ਵੇਖੋਗੇ ਕਿ ਇੱਕ ਹਫ਼ਤੇ ਦੇ ਵਿੱਚ ਤੁਹਾਡੀਆਂ ਅੱਡੀਆਂ ਭਰਨੀਆਂ ਸ਼ੁਰੂ ਹੋ ਗਈਆਂ ਨਹੀਂ ਤੇ ਅੱਡੀਆਂ ਦਾ ਫਟਣਾ ਜਿਹੜਾ ਬਿਆਈਆਂ ਪਟਣੀਆਂ ਜਿਹੜੀਆਂ ਇਹ ਬੜਾ ਤੰਗ ਕਰਦੀਆਂ ਤੁਹਾਡੀਆਂ ਤੁਸੀਂ ਸੌਕਸ ਤੋਂ ਬਿਨਾਂ ਕਿਤੇ ਜਾ ਨਹੀਂ ਸਕਦੇ ਗੁਰੂ ਘਰ ਜਾਣਾ ਹੋਵੇ ਅੱਡੀਆਂ ਤੁਹਾਡੀਆਂ ਦਿਖਦੀਆਂ ਸੋ ਇਸ ਕਰਕੇ ਤੁਸੀਂ ਇਹਦੀ ਵਰਤੋਂ ਕਰੋਗੇ ਤੇ ਦੇਖੋਗੇ ਕਿ ਮੈਰੇਕਲਸ ਇਫੈਕਟ ਹੋ ਰਿਹਾ ਹੈ ਅੱਛਾ ਅੱਡੀਆਂ ਤੇ ਭਾਵੇਂ ਅਰਕਾਂ ਤੇ ਹਰ ਇੱਕ ਥਾਂ ਤੇ ਇਹ ਬੱਤੀ ਜਾਤ ਜਿੱਥੇ ਵੀ ਕਿਤੇ ਕ੍ਰੈਕਸ ਨੇ ਜੇ ਤੁਹਾਡੇ ਕੋਈ ਲਿਪਸ ਦੇ ਉੱਤੇ ਕ੍ਰੈਕਸ ਹੈ ਤੁਸੀਂ ਉੱਥੇ ਵੀ ਇਹਦੀ ਵਰਤੋਂ ਕਰ ਸਕਦੇ ਹੋ ਸਰਦੀ ਦੇ ਦਿਨਾਂ ਚ ਖਾਸ ਕਰਕੇ ਸਰਦੀ ਜਾਂ ਠੰਡੇ ਮਾਹੌਲ ਚ ਕਈ ਬਰਫਾਨੀ ਫੈਕਟਰੀਆਂ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਉੱਥੇ ਕ੍ਰੈਕਸ ਆ ਜਾਂਦੇ ਨੇ ਜਾਂ ਮੌਸਮ ਇਹੋ ਜਿਹਾ ਤੁਹਾਨੂੰ ਬਾਹਰ ਕਿਤੇ ਕੰਮ ਕਰਨਾ ਪੈਂਦਾ ਉੱਥੇ ਵੀ ਇਹ ਚੀਜ਼ ਜਿਹੜੀ ਹੈ ਬਹੁਤ ਮਫੀਦ ਹੈ ਓਕੇ ਨਾ ਤਾਂ ਤੁਸੀਂ ਬੜੇ ਸਸਤੇ ਜਿਹੇ ਇਲਾਜ ਦੱਸ ਦਿੰਦੇ ਕਈ ਇਹਦੀ ਚੀਜ਼ਾਂ ਜਿਹੜੀਆਂ ਸਸਤੀਆਂ ਹੁੰਦੀਆਂ ਨਾ ਉਧਰ ਅਸੀਂ ਧਿਆਨ ਸਭ ਤੋਂ ਘੱਟ ਦਿੰਨੇ ਆ ਜੀ ਇਹੀ ਕਿਤੇ ਦੱਸਿਆ ਹੁੰਦਾ ਕਿਉਂਕਿ ਆਮ ਤੌਰ ਤੇ ਅੱਜ ਕੱਲ ਜੋ ਦੇਖੀਦਾ ਕਿ ਬਈ ਰਾਤ ਨੂੰ ਸੌਣ ਵਾਲੀ ਕਰੀਮ ਵੱਖਰੀ ਹੈ ਅੱਖਾਂ ਦੇ ਉੱਤੇ ਲਾਉਣ ਵਾਲੀ ਕਰੀਮ ਵੱਖਰੀ ਹੈ, ਹੱਥਾਂ ਤੇ ਲਾਉਣ ਵਾਲੀ ਵੱਖਰੀ ਹੈ ਤੇ ਬਾਡੀ ਨੂੰ ਲਾਉਣ ਵਾਲਾ ਲੋਸ਼ਨ ਵੱਖਰੇ ਨੇ। ਉਹ ਇੰਨੇ ਸਾਰੇ ਪ੍ਰੋਡਕਟ ਤੇ ਤੁਸੀਂ ਗੱਲ ਲਿਆ ਆ ਕੇ ਤਿੰਨ ਚਾਰ ਚੀਜ਼ਾਂ ਦੇ ਮੁਕਾਤਤੀ ਹੈ ਸ਼ਾਇਦ ਮੰਨਣ ਚ ਨਾ ਆਏ ਵੱਖਾ ਕਿਸੇ ਦੇ। ਦੇਖੋ ਘਰੇਲੂ ਉਪਚਾਰ ਕਰਕੇ ਦੇਖੋ ਜਿਹੜੇ ਲੋਕ ਕਰਦੇ ਨੇ। ਹੁਣ ਅੱਜ ਤੋਂ ਨਹੀਂ। ਮੈਨੂੰ ਤੇ 30 35 ਸਾਲ ਹੋ ਗਏ ਆ ਟੀਵੀ ਰੇਡੀਓਜ਼ ਦੇ ਉੱਤੇ ਗੱਲਾਂ ਕਰਦੇ ਆ। ਲੋਕਾਂ ਨੇ ਪ੍ਰੂਵ ਕੀਤਾ ਹੈ। ਲੋਕ ਦੱਸਦੇ ਨੇ ਕਿ ਅਸੀਂ ਆਹ ਚੀਜ਼ ਕੀਤੀ ਹੈ, ਇਦਾਂ ਫਾਇਦਾ ਹੋਇਆ। ਜ਼ਰੂਰ ਕਰ ਲੈਣਾ ਚਾਹੀਦਾ ਜਿਹਨੂੰ ਨਾ ਫਾਇਦਾ ਹੋਵੇ ਭਈ ਉਹ ਡਾਕਟਰ ਦੀ ਸਲਾਹ ਲੈ ਲੇ। ਕੋਈ ਹਰਸ ਨਹੀਂਗਾ। ਕਿ ਜਦ ਸਾਡੇ ਨਾਲ ਗੱਲ ਕਰ ਲੈ ਹਮ ਸੋ ਠੀਕ ਹੋ ਜਾਣਾ ਚਾਹੋ WhatsApp ਤੁਹਾਡਾ ਬਹੁਤ ਧੰਨਵਾਦ ਜੀ ਜਿਏ ਵਾਸਤੇ ਸਾਰਾ ਕੁਝ ਇਹ ਜਾਣਕਾਰੀਆਂ ਬਹੁਤ ਮਹਿੰਗੀਆਂ ਨੇ ਮਤਲਬ ਜਿਹੜੀਆਂ ਤੁਸੀਂ ਸਾਨੂੰ ਚੰਦ ਮਿੰਟਾਂ ਦੇ ਵਿੱਚ ਹੀ ਦੇ ਕੇ ਚੱਲ ਜਾਂਦੇ ਹੋ ਤੁਹਾਡੀ ਇਹ ਸਾਲਾਂ ਦੀ ਜਿਹੜੀ ਇਹ ਮਿਹਨਤ ਆ ਐਕਸਪੀਰੀਅੰਸ ਆ ਉਹਦੇ ਜਰੀਏ ਸਾਨੂੰ ਮਿਲਦੀਆਂ ਥੈਂਕ ਯੂ ਸੋ ਮਚ ਤੁਹਾਡੀ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਸੋ ਇਸਨ ਸਾਡੇ ਨਾਲ ਡਾਕਟਰ ਅਰੀਦਮਨ ਸਿੰਘ ਮਾਹਲ ਸੱਜਦਾ ਇੱਕ ਖਾਸ ਪ੍ਰੋਗਰਾਮ ਜਿਹੜਾ ਚਮੜੀ ਦੇਆਂ ਰੋਗਾਂ ਦੇ ਉੱਤੇ ਸੀ ਸਕਿਨ ਦੇ ਨਾਲ ਰਿਲੇਟਡ ਕੋਈ ਵੀ ਡਿਸੀਜ਼ ਦੇ ਉੱਤੇ ਤੁਹਾਡੇ ਬਹੁਤ ਸਾਰੇ ਸਵਾਲ ਜਵਾਬ ਹੋ ਸਕਦੇ ਆ ਤੁਸੀਂ ਚਾਹੇ YouTube ਦੇ ਉੱਤੇ ਚਾਹੇ Facebook ਜਿਸ ਵੀ ਮਾਧਿਅਮ ਰਾਹੀਂ ਦੇਖ ਰਹੇ ਹੋ ਆਪਣੀਆਂ ਟਿੱਪਣੀਆਂ ਰਾਹੀਂ ਕਰ ਸਕਦੇ ਹੋ ਸੰਪਰਕ ਨੰਬਰ ਵੀ ਉੱਥੇ ਜਿਹੜੇ ਤੁਹਾਨੂੰ ਮਿਲ ਸਕਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ 'ਚ ਜੁੜੇ ਮੈਂ ਨੂੰ ਜੋਗਰਾ ਸਿੰਘ ਕੱਲ ਨੂੰ ਦਿਵਾ ਗਿਆ ਤੁਸੀਂ ਦੇਖਤ ਰਹੋ ਪ੍ਰਾਈਮ ਅਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ